ਸੂਜਾ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਮੈਂ ਸਨੀ ਸੂਜਾਪੁਰ ਅੱਜ ਦੇ ਸਾਡੇ ਖਾਸ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਜੋਕੇ ਸਮੇਂ ਦੀਆਂ ਖਬਰਾਂ ਦੇ ਵਿੱਚ ਉਹਨਾਂ ਦੇ ਗੱਲਬਾਤ ਕਰਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਗੱਲਬਾਤ ਲਈ ਮੌਜੂਦ ਰਹਿਣਗੇ ਸਰਦਾਰ ਜਸਪਾਲ ਸਿੰਘ ਹੀਰਾ, ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ। ਹੀਰਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀਰਾ ਸਾਹਿਬ, ਜੇ ਆਪਾਂ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਿਆਨ ਆਇਆ ਕਿ ਜਿਹੜੇ ਕੈਨੇਡਾ ਦੇ ਰੱਖਿਆ ਮੰਤਰੀ ਨੇ ਸੁਰਜੀਤ ਸਿੰਘ, ਉਹਨਾਂ ਦੇ ਬਾਰੇ ਉਹਨਾਂ ਨੇ ਬਿਆਨ ਦਿੱਤਾ ਕਿ ਉਹ ਖਾਲਿਸਤਾਨੀ ਸਮਰਥਕ ਨੇ, ਅਤੇ ਤੁਸੀਂ ਕੀ ਸਮਝਦੇ ਹੋ ਜਿਹੜਾ ਇਹ ਉਹਨਾਂ ਦਾ ਬਿਆਨ ਹੈ, ਇਹ ਪੰਜਾਬ ਦੇ ਜਾਂ ਫਿਰ ਦੁਨੀਆ ਦੀ ਜਿਹੜੀ ਰਾਜਨੀਤੀ ਹੈ ਉਹਦੇ 'ਤੇ ਕਿੰਨਾ ਕੁ ਪ੍ਰਭਾਵ ਪਾਵੇਗਾ, ਜਾਂ ਉਹਨਾਂ ਦੇ ਵੱਲੋਂ ਗੈਰ ਜ਼ਿੰਮੇਵਾਰਾਨਾ ਜਿਹੜਾ ਬਿਆਨ ਦਿੱਤਾ ਗਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹਦਾ ਸਿੱਟੇ ਜਿਹੜੇ ਉਹਦੇ ਨਿਕਲਣਗੇ? ਸਨੀ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਕੈਪਟਨ ਨੇ ਬਿਆਨ ਦਿੱਤਾ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਬਾਰੇ ਜੀ, ਮਤਲਬ ਕੈਨੇਡਾ ਵਰਗੇ ਮੁਲਕ 'ਚ ਜਿਹੜਾ ਉਸ ਮੁਲਕ ਦਾ ਸਭ ਤੋਂ ਅਹਿਮ ਵਿਭਾਗ ਆ, ਰੱਖਿਆ ਵਿਭਾਗ, ਉਹਦਾ ਉਹ ਮੰਤਰੀ ਆ ਜੀ। ਔਰ ਉਹਨਾਂ ਦਾ ਜਿਹੜਾ ਸ਼ਰਧਾਵਾਨ ਸਿੱਖ ਵਜੋਂ ਜਿਹੜਾ ਉਹਨਾਂ ਦਾ ਕਿਰਦਾਰ ਆ, ਜਿਹੜੀ ਉਹਨਾਂ ਦੀ ਲੋਕਾਂ 'ਚ ਹਰਮਨ ਪਿਆਰਤਾ, ਪਾਰਲੀਮੈਂਟ 'ਚ ਜਿਹੜੀ ਉਹਨਾਂ ਦੀ ਹਰਮਨ ਪਿਆਰਤਾ, ਸੋ ਇੱਕ ਸਿੱਖ ਵਿਅਕਤੀ ਨੂੰ ਕੈਨੇਡਾ ਦੀ ਸਰਕਾਰ 'ਚ ਐਡਾ ਅਹਿਮ ਅਤੇ ਐਡਾ ਵੱਡਾ ਅਹੁਦਾ ਮਿਲਣਾ, ਮੈਂ ਸਮਝਦਾ ਕਿ ਸਿੱਖ ਕੌਮ ਲਈ ਬਹੁਤ ਬਹੁਤ ਵੱਡੀ ਗੱਲ ਗੱਲ ਹੈ। ਅਤੇ ਉਸ ਵਿਅਕਤੀ ਬਾਰੇ ਜਦੋਂ ਉਹ ਆਪਣੀ ਜਨਮ ਭੂਮੀ ਆ, ਜਿਹੜੀ ਸਿੱਖੀ ਦੀ ਜਨਮ ਭੂਮੀ ਆ, ਸਿੱਖੀ ਦੀ ਕਰਮ ਭੂਮੀ ਆ, ਪੰਜਾਬ ਦੀ ਧਰਤੀ 'ਤੇ ਆ ਰਿਹਾ ਉਹ ਜੀ, ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਪੰਜਾਬ ਸਰਕਾਰ ਦੇ ਸੱਦੇ 'ਤੇ ਨਹੀਂ ਆ ਰਿਹਾ ਜੀ, ਉਹ ਇਸ ਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਆ ਰਿਹਾ। ਅਤੇ ਜਦੋਂ ਉਹ ਇਸ ਧਰਤੀ 'ਤੇ ਆ ਰਿਹਾ ਤਾਂ ਕੁਦਰਤੀ ਆ ਕਿ ਜਿਹੜਾ ਵੀ ਸਿੱਖ ਵਿਦੇਸ਼ ਦੀ ਧਰਤੀ ਤੋਂ ਪੰਜਾਬ ਦੀ ਧਰਤੀ 'ਤੇ ਆਉਂਦਾ ਜਾਂ ਇਸ ਦੇਸ਼ ਦੀ ਧਰਤੀ 'ਤੇ ਆਉਂਦਾ ਤਾਂ ਉਹਦੇ ਮਨ 'ਚ ਸਭ ਤੋਂ ਪਹਿਲੀ ਇੱਛਾ ਇਹ ਹੁੰਦੀ ਹੈ ਕਿ ਮੈਂ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਜੀ। ਸੋ ਉਹ ਇੱਛਾ ਦੇ ਅਨੁਸਾਰ ਸੱਜਣ ਦਾ ਵੀ ਦਰਬਾਰ ਸਾਹਿਬ ਜਾਣਾ ਕੁਦਰਤੀ ਆ। ਪਰੰਤੂ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਕੈਪਟਨ ਅਮਰਿੰਦਰ ਵੱਲੋਂ ਹਰਜੀਤ ਸਿੰਘ ਸੱਜਣ ਜਿਹੜੇ ਕਿ ਕੈਨੇਡਾ ਦੇ ਰੱਖਿਆ ਮੰਤਰੀ ਨੇ, ਉਹਨਾਂ ਬਾਰੇ ਇਹ ਬਿਆਨ ਦੇਣਾ ਕਿ ਉਹ ਖਾਲਿਸਤਾਨੀ ਨੇ, ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਮਿਲਾਂਗਾ, ਬੜਾ ਅਜੀਬ ਹੈ ਜੀ। ਗੈਰ ਜ਼ਿੰਮੇਵਾਰ ਤਾਂ ਹੈ ਹੀ ਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਆ, ਖੁਦ ਸਿੱਖ ਆ, ਸਿੱਖੀ ਦੀ ਉਹਦੀ ਪਹਿਚਾਣ ਵੀ ਉਹਨੇ ਬਣਾਈ ਹੋਈ ਆ। ਜੇ ਪਿਛਲੀਆਂ ਅਸੀਂ ਘਟਨਾਵਾਂ ਦੀ ਗੱਲ ਕਰਾਂਗੇ ਤਾਂ ਦਰਬਾਰ ਸਾਹਿਬ ਸਾਕੇ ਵੇਲੇ ਉਹਨੇ ਮੈਂਬਰ ਪਾਰਲੀਮੈਂਟ ਸੀ, ਉਹਦੇ ਤੋਂ ਉਹਨੇ ਰਿਜ਼ਾਈਨ ਕੀਤਾ। ਉਸ ਤੋਂ ਬਾਅਦ ਜਦੋਂ ਬਲੈਕ ਥੰਡਰ ਓਪਰੇਸ਼ਨ ਹੋਇਆ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ, ਉਦੋਂ ਉਹ ਇਸ ਸਰਕਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਸੀ, ਉਦੋਂ ਉਹਨੇ ਉਸ ਤੋਂ ਰਿਜ਼ਾਈਨ ਕੀਤਾ। ਮਤਲਬ ਵੱਖ ਵੱਖ ਸਿੱਖ ਮੁੱਦਿਆਂ 'ਤੇ ਉਹਨੇ ਇੱਕ ਪਹਿਰੇਦਾਰੀ ਕੀਤੀ ਆ, ਸਿਧਾਂਤਕ ਪਹਿਰੇਦਾਰੀ ਕੀਤੀ ਆ। ਇਸ ਕਰਕੇ ਹੀ ਪੰਜਾਬ ਦੇ ਸਿੱਖ ਜਿਹੜੇ ਉਹਨੂੰ ਬਾਦਲ ਨਾਲੋਂ ਚੰਗਾ ਸਿੱਖ ਮੰਨਦੇ ਜੀ। ਅੱਜ ਤੱਕ ਸਰ ਗੱਲ ਕੀਤੀ ਜਾਂਦੀ, ਅੱਜ ਤੱਕ ਇਹ ਗੱਲ ਕੀਤੀ ਜਾਂਦੀ ਸੀ ਕਿ ਕੈਪਟਨ ਅਮਰਿੰਦਰ ਆ ਜਿਹੜਾ ਉਹ ਬਾਦਲ ਨਾਲੋਂ ਕਿਤੇ ਚੰਗਾ ਸਿੱਖ ਆ ਜੀ। ਇਹ ਇੱਕ ਧਾਰਨਾ ਸੀ ਪੰਜਾਬ ਦੇ ਸਿੱਖਾਂ 'ਚ। ਸੋ ਉਸ ਵਿਅਕਤੀ ਵੱਲੋਂ ਬਿਨਾਂ ਕਾਰਨ ਜੀ, ਕੋਈ ਕਾਰਨ ਬਣਦਾ ਹੋਵੇ ਨਾ ਤਾਂ ਸਮਝ ਆਉਂਦੀ ਹੈ ਕਿ ਬਿਨਾਂ ਕਿਸੇ ਕਾਰਨ ਤੋਂ, ਭਾਵੇਂ ਕਿ ਅੰਦਰੂਨੀ ਕਾਰਨ ਹੈ ਜਿਹਨਾਂ ਦੀ ਆਪਾਂ ਗੱਲ ਵੀ ਕਰਾਂਗੇ, ਬਿਨਾਂ ਕਿਸੇ ਕਾਰਨ ਤੋਂ ਉਹਦਾ ਹਰਜੀਤ ਸਿੰਘ ਸੱਜਣ ਬਾਰੇ ਇਸ ਤਰ੍ਹਾਂ ਦਾ ਬਿਆਨ ਦੇਣਾ ਮੇਰੀ ਸਮਝ ਤੋਂ ਤਾਂ ਬਾਹਰ ਹੈ। ਅਤੇ ਇਹਦੇ ਨਾਲ ਅਸੀਂ ਇਹ ਵੀ ਸਮਝਦੇ ਹਾਂ ਕਿ ਸਿੱਖਾਂ ਦਾ ਜਿਹੜਾ ਦੁਨੀਆ ਦੇ ਵਿੱਚ ਇੱਕ ਅਕਸ ਹੈ
ਜੀ ਤੇ ਹੁਣ ਅਸੀਂ ਗੱਲ ਕਰ ਲਈਏ, ਚਾਹੇ ਉਹ ਇੰਗਲੈਂਡ ਦੀ ਧਰਤੀ ਦੀ ਗੱਲ ਕਰ ਲਈਏ, ਚਾਹੇ ਆਸਟ੍ਰੇਲੀਆ ਦੀ ਕਰ ਲਈਏ, ਚਾਹੇ ਕੈਨੇਡਾ ਦੀ ਕਰ ਲਈਏ, ਚਾਹੇ ਅਮਰੀਕਾ ਦੀ ਕਰ ਲਈਏ, ਸਾਰਿਆਂ ਦੇਸ਼ਾਂ ਦੇ ਵਿੱਚ ਜਿਹੜੀ ਰਾਜਸੀ ਹੈਗੀ ਆ ਉਸ ਦੇ ਵਿੱਚ ਸਿੱਖਾਂ ਦਾ ਇੱਕ ਅਹਿਮ ਯੋਗਦਾਨ ਆ ਜੀ। ਸੋ ਵੱਖੋ ਵੱਖਰੇ ਪਾਰਲੀਮੈਂਟ ਦੇ ਵਿੱਚ ਬੈਠੇ ਵੀ ਨੇ ਜੀ, ਕੈਨੇਡਾ ਦੇ ਵਿੱਚ ਤਾਂ ਵਿਸ਼ੇਸ਼ ਰੂਪ ਦੇ ਵਿੱਚ ਜੇ ਅਸੀਂ ਗੱਲ ਕੀਤੀ, ਜਿਵੇਂ ਕੈਪਟਨ ਨੇ ਵੀ ਗੱਲ ਕੀਤੀ ਹੈ ਕਿ 5 ਮੰਤਰੀ ਨੇ ਜਿਹੜੇ, ਚਾਹੇ ਉਹਨੇ ਕਿਸੇ ਵੀ ਸੰਦਰਭ 'ਚ ਗੱਲ ਕੀਤੀ ਆ। ਸੋ ਇਹ ਇੱਕ ਬੜੀ ਹੈਰਾਨੀ ਵਾਲੀ ਗੱਲ ਹੋਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਆ ਜਿਹੜਾ ਦਾਗਿਆ ਗਿਆ, ਇਹਦਾ ਮਤਲਬ ਹਰ ਸੱਚੇ ਸਿੱਖ ਜੀ ਇਹਨੂੰ, ਮੈਂ ਸਮਝਦਾ ਕਿ ਪਾਰਟੀਬਾਜ਼ੀ ਤੋਂ ਵੀ ਅਸੀਂ ਉੱਪਰ ਛੱਡ ਦਈਏ, ਚਾਹੇ ਉਹ ਕਾਂਗਰਸ ਦੀ ਆ, ਚਾਹੇ ਉਹ ਅਕਾਲੀ ਆ, ਚਾਹੇ ਉਹ ਕਿਸੇ ਹੋਰ ਪਾਰਟੀ ਨਾਲ ਜੁੜਿਆ ਹੋਇਆ ਸਿੱਖ ਆ, ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਆ ਜੀ। ਯਾਰ ਆਹ ਕੀ ਬੇਵਕੂਫੀ ਕੀਤੀ ਆ, ਕਿਉਂਕਿ ਇੱਕ ਬਾਹਰਲੇ ਜਿਹੜੇ ਸਿੱਖ ਨੇ ਖਾਸ ਕਰਕੇ, ਜਾਂ ਇੱਧਰਲੇ ਵੀ ਸਿੱਖ ਨੇ ਜਿਹੜੇ ਉੱਧਰ ਐਡੇ ਵੱਡੇ ਅਹੁਦਿਆਂ 'ਤੇ, ਸਿੱਖ ਸਾਡੇ ਸਿੱਖ ਭਾਈਚਾਰਾ ਹੈਗਾ ਉਹਦੇ 'ਤੇ ਮਾਣ ਵੀ ਮਹਿਸੂਸ ਕੀਤਾ ਜਾਂਦਾ। ਨਹੀਂ ਦੇਖੋ ਕਿ ਅਸੀਂ ਜੇ ਇਸ ਗੱਲ ਨੂੰ ਇਸ ਤਰ੍ਹਾਂ ਦੇਖੀਏ ਕਿ ਇੱਕ ਪਾਸੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਡੇ 5 ਮੰਤਰੀ ਮੰਡਲ 'ਚ ਬੈਠੇ ਨੇ, ਐਮ ਪੀ ਆ ਜਿਹੜੇ, ਉਹਨਾਂ ਦੀ ਗਿਣਤੀ ਤਾਂ ਇਸ ਤੋਂ ਵੀ ਕਿਤੇ ਵੱਧ ਆ, 12-13 ਦੇ ਕਰੀਬ ਆ। ਅਤੇ ਕੈਨੇਡਾ ਦੇ ਵਿੱਚ ਉੱਥੋਂ ਦੀ ਸਰਕਾਰ ਆ ਜਿਹੜੀ ਸਿੱਖਾਂ ਨੂੰ ਮਾਣ ਦੇ ਰਹੀ ਆ, ਤੇ ਪੰਜਾਬ ਦੀ ਧਰਤੀ ਤੇ ਜਿਹੜਾ ਮਤਲਬ ਇਸ ਵੇਲੇ ਮੁੱਖ ਮੰਤਰੀ ਆ ਉਹ ਕਹਿ ਰਹੇ ਨੇ ਵੀ 5 ਮੰਤਰੀ ਉਹ ਮਤਲਬ ਉਹਨਾਂ ਤੇ ਨਿਸ਼ਾਨਾ, ਬਿਨਾਂ ਕਾਰਨ ਬਿਨਾਂ ਬਿਨਾਂ ਕਾਰਨ ਉਹਦੇ ਤੇ ਨਿਸ਼ਾਨਾ ਮਤਲਬ ਲਾ ਰਿਹਾ ਵਾ। ਮਤਲਬ ਇਹਦੇ ਨਾਲ ਕੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਦੂਸਰੀਆਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਿ ਆਹ ਜਿਹੜਾ ਤੁਸੀਂ ਸਾਨੂੰ ਮਾਣ ਦਿੰਦੇ ਹੋ ਇਹ ਤੁਹਾਡੀ ਬੇਵਕੂਫੀ ਆ? ਹਾਂਜੀ। ਸੋ ਇਹ ਜਿਹੜਾ ਉਹਨੇ ਮਤਲਬ ਜੇ ਹੁਣ ਉੱਥੇ ਸਿੱਖ ਐਮ ਪੀ ਜਿੱਤਦੇ ਨੇ ਤਾਂ ਇਹਦਾ ਮਤਲਬ ਉਹਨਾਂ ਦਾ ਕਿਰਦਾਰ ਆ ਜਿਹੜਾ ਉਹ ਉਹਨਾਂ ਦਾ ਅਕਸ ਆ ਜਿਹੜਾ ਉਹਨਾਂ ਜਿਹੜੀ ਉਹ ਲੋਕ ਸੇਵਾ ਕਰਦੇ ਨੇ ਜਿਹੜੀ ਉਹਨੂੰ ਲੋਕ ਪ੍ਰਵਾਨ ਕਰਦੇ ਨੇ ਨਾ, ਉੱਥੋਂ ਦੇ ਵੋਟਰਾਂ ਨੇ ਚੁਣਿਆ ਨਾ ਉਹਨਾਂ ਨੂੰ, ਕੋਈ ਉਹ ਨਾਮ ਚੁਣੇ ਹੋਏ ਨੁਮਾਇੰਦੇ ਨੇ। ਸੋ ਜੇ ਕਿਸੇ ਦੂਜੇ ਦੇਸ਼ ਦੇ ਵਿੱਚ ਲੋਕ ਸਾਡੇ ਸਿੱਖਾਂ ਨੂੰ ਆਪਣਾ ਨੁਮਾਇੰਦਾ ਚੁਣਦੇ ਨੇ, ਉੱਥੋਂ ਦੀ ਸਰਕਾਰ ਸਿੱਖਾਂ ਨੂੰ ਆਪਣਾ ਨੁਮਾਇੰਦਾ ਚੁਣਦੀ ਆ, ਅਤੇ ਕੋਈ ਸਿੱਖ ਉਹਦੇ ਅਤੇ ਵਿਰੁੱਧ ਇਸ ਤਰ੍ਹਾਂ ਦਾ ਬਿਆਨ ਖਾਸ ਕਰਕੇ ਦਾਗੇ, ਤੋ ਇਹਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਿੱਖਾਂ ਦੇ ਮਨ ਨੂੰ ਠੇਸ ਲੱਗਣੀ ਹਰ ਸਿੱਖ ਦਾ। ਔਰ ਚੋਣ ਚੋਣ ਦੀ ਗੱਲ ਕਰੀਏ, ਚੋਣ ਵੀ ਬਾਹਰਲੇ ਦੇਸ਼ਾਂ ਵਿੱਚ ਆਪਾਂ ਕਹਿੰਦੇ ਹਾਂ ਕਿ ਉਹ ਮੈਰਿਟ ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਜੇ ਉਹ ਬੰਦਾ ਵਾਕਈ ਉਸ ਅਹੁਦੇ ਦੇ ਲਈ ਸਟੈਂਡ ਕਰਦਾ। ਨਹੀਂ ਦੇਖੋ ਤਾਂ ਕੁਦਰਤੀ ਗੱਲ ਹੈ ਕਿ ਜੇ ਹੁਣ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜੇ ਇਸ ਸੱਜਣ ਨੂੰ ਉਹਨਾਂ ਨੇ ਆਪਣਾ ਰੱਖਿਆ ਮੰਤਰੀ ਬਣਾਇਆ, ਅਤੇ ਉੱਥੇ ਵਿਰੋਧੀ ਧਿਰ ਵੀ ਹੈਗੇ ਆ ਜੀ, ਵਿਰੋਧੀ ਧਿਰ ਵੀ ਹੈਗੀ ਆ ਉੱਥੇ, ਇਹ ਤਾਂ ਨਹੀਂ ਹੈ ਕਿ ਇਕੱਲੀ ਸੱਤਾਧਾਰੀ ਹੈ ਨਾ, ਉੱਥੇ ਵਿਰੋਧੀ ਧਿਰ ਵੀ ਹੈਗੀ ਆ। ਅਤੇ ਜੇ ਇਹਦਾ ਮਤਲਬ ਇਹ ਵਿਅਕਤੀ ਇਸ ਗੱਲ ਦੇ ਯੋਗ ਨਾ ਹੁੰਦਾ ਜੀ, ਇੱਕ ਦੂਜੇ ਕਮਿਊਨਿਟੀ ਨਾਲ ਸੰਬੰਧਿਤ ਆ, ਦੂਜੇ ਦੇਸ਼ ਨਾਲ ਸੰਬੰਧਿਤ ਆ, ਉਹਨੂੰ ਰੱਖਿਆ ਵਰਗਾ ਵਿਭਾਗ ਦਿੱਤਾ ਗਿਆ, ਜੇ ਇਹ ਵਿਅਕਤੀ ਇਸ ਗੱਲ ਦੇ ਯੋਗ ਨਾ ਹੁੰਦਾ ਤਾਂ ਉੱਥੋਂ ਦੀ ਵਿਰੋਧੀ ਧਿਰ ਉਹਦੇ ਵਿਰੁੱਧ ਕਿੰਨਾ ਰੌਲਾ ਪਾਉਂਦੀ। ਇਹਦਾ ਮਤਲਬ ਇਹ ਜਿਹੜੀ ਹਰਜੀਤ ਸਿੰਘ ਸੱਜਣ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਏਡਾ ਵੱਡਾ ਵਿਭਾਗ ਦਿੱਤਾ, ਉਸ ਨੂੰ ਇਹ ਡਿਜ਼ਰਵ ਕਰਦਾ ਸੀ ਜੀ। ਸੋ ਇਸ ਕਰਕੇ ਇੱਕ ਵਿਅਕਤੀ ਆ ਜਿਹੜਾ ਆਪਣੀ ਯੋਗਤਾ ਦੇ ਨਾਲ ਦੂਜੇ ਮੁਲਕ ਦੇ ਵਿੱਚ ਐਡੇ ਵੱਡੇ ਅਹੁਦੇ 'ਤੇ ਪਹੁੰਚਿਆ, ਅਤੇ ਜੇ ਅਸੀਂ ਮਤਲਬ ਬਿਨਾਂ ਕਿਸੇ ਕਾਰਨ ਤੋਂ ਉਹਦੇ ਵਿਰੁੱਧ ਦੋਸ਼ ਲਾ ਦਿੰਦੇ ਹਾਂ ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਬਣਦਾ, ਅਤੇ ਗੱਲ ਵਾਕਈ ਤੁਸੀਂ ਕਾਰਨਾਂ ਦੀ ਤੁਸੀਂ ਗੱਲ ਕੀਤੀ ਆ, ਕਾਰਨ ਤੁਸੀਂ ਜਾਣਦੇ ਆ ਆਪਾਂ ਕਿਤੇ ਨਾ ਕਿਤੇ ਕੋਈ ਕਾਰਨ ਤਾਂ ਹੈ ਪਿਛੋਕੜ ਦੇ ਵਿੱਚ, ਤੁਸੀਂ ਕੀ ਮੰਨਦੇ ਹੋ ਕਿਹੜੇ ਕਾਰਨ? ਦੇਖੋ ਇਹਦੇ ਪਿੱਛੇ ਕਾਰਨ ਜਿਹੜੇ ਮੈਂ ਮਹਿਸੂਸ ਕਰ ਰਿਹਾ ਵਾਂ, ਕਾਰਨ ਇੱਕ ਤਾਂ ਰਾਜਨੀਤਿਕ ਹੈ, ਦੂਸਰਾ ਵਿਅਕਤੀਗਤ ਹੈ ਜੀ।
ਰਾਜਨੀਤਿਕ ਕਾਰਨ ਦੇ ਵਿੱਚ ਜਿਹੜੀ ਮੈਂ ਗੱਲ ਸਮਝ ਰਿਹਾ ਇਸ ਵੇਲੇ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਭੁੱਲ ਗਿਆ ਕਿ ਪੰਜਾਬ ਦੇ ਲੋਕਾਂ ਨੇ ਉਸ ਨੂੰ ਬਾਦਲ ਤੋਂ ਚੰਗਾ ਸਿੱਖ ਮੰਨਦਿਆਂ ਹੋਇਆ ਜੀ, ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਦੇ ਮਨ 'ਚ ਜਿਹੜੀ ਸਿੱਖੀ ਵਾਲੀ ਮੈਂ ਗੱਲ ਕਰਦਾ, ਜੇ ਉਹਦੇ ਮਨ 'ਚ ਇਹ ਗੱਲ ਨਾ ਹੁੰਦੀ ਤਾਂ ਉਹ ਜਿਹੜੀ ਪਹਿਲੀ ਰੈਲੀ ਕੀਤੀ ਸੀ ਚੋਣਾਂ ਤੋਂ ਪਹਿਲੀ ਰੈਲੀ, ਸਭ ਤੋਂ ਪਹਿਲੀ ਪਲੇਠੀ ਰੈਲੀ ਜਿਹੜੀ ਬਠਿੰਡੇ ਦੀ ਧਰਤੀ 'ਤੇ ਕੀਤੀ ਸੀ, ਉਸ ਰੈਲੀ 'ਚ ਗੁਟਕਾ ਸਾਹਿਬ ਨੂੰ ਹੱਥ 'ਤੇ ਰੱਖ ਕੇ ਸਹੁੰ ਖਾਣ ਦੀ ਉਹਨੂੰ ਲੋੜ ਨਹੀਂ ਸੀ ਜੀ। ਇਹਦਾ ਮਤਲਬ ਕਿ ਇਹ ਉਹਨੇ ਉਹਦੇ ਉਸ ਵੇਲੇ ਦੇ ਮਨ 'ਚ ਸੀ ਕਿ ਮੈਂ ਸਿੱਖਾਂ ਦੇ ਮਨ 'ਚ ਆਪਦਾ ਭਰੋਸਾ ਜਿਹੜਾ ਇਹ ਪੈਦਾ ਕਰਨਾ। ਸੋ ਗੁਟਕਾ ਸਾਹਿਬ ਨੂੰ ਹੱਥ 'ਚ ਪੜ ਕੇ ਉਹਨੇ ਸਹੁੰ ਖਾਧੀ ਕਿ ਮੈਂ ਪੰਜਾਬ ਦੀ ਧਰਤੀ ਤੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਾ ਇਹਨਾਂ ਨੂੰ ਖਤਮ ਕਰ ਦੂੰਗਾ ਜੇ ਮੇਰੀ ਸਰਕਾਰ ਆਈ ਜੀ। ਸੋ ਉਹ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਮਨ ਦੇ ਵਿੱਚ ਜਿਹੜਾ ਮਤਲਬ ਸਿੱਖੀ ਦਾ ਜਜ਼ਬਾ ਸੀ ਉਹ ਉਸ ਜਗ੍ਹਾ। ਉਸ ਤੋਂ ਬਾਅਦ ਜਦੋਂ ਚੋਣ ਨਤੀਜੇ ਆਏ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਕਿਸੇ ਵੀ ਕਾਂਗਰਸੀਏ ਨੂੰ ਕਦੇ ਸੁਪਨੇ 'ਚ ਵੀ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਕਾਂਗਰਸ ਨੂੰ ਪੰਜਾਬ 'ਚ 77 ਸੀਟਾਂ ਮਿਲ ਜੀ। ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ। ਸੋ ਜਦੋਂ ਇਹਨਾਂ ਸੀਟਾਂ ਦੀ ਜਿਹੜੀ ਇੰਨੀਆਂ ਐਡੀ ਵੱਡੀ ਜਿੱਤ ਦਾ ਚੀਰ ਫਾੜ ਆ ਜਿਹੜਾ ਉਹ ਕਾਂਗਰਸ ਨੇ ਵੀ ਕੀਤਾ ਹੋਊਗਾ, ਵਿਰੋਧੀਆਂ ਨੇ ਵੀ ਕੀਤਾ, ਪਰੰਤੂ ਜਿਹੜਾ ਚੀਰ ਫਾੜ ਕਾਂਗਰਸ ਦੀ ਉਸ ਜੁੰਡਲੀ ਨੇ ਕੀਤਾ ਜਿਹੜੀ ਕੈਪਟਨ ਦੇ ਇਰਦ ਗਿਰਦ ਆ ਜੀ, ਅਤੇ ਉਹ ਕਿਤੇ ਨਾ ਕਿਤੇ ਗੱਲ ਇੱਥੇ ਆ ਕੇ ਖੜ ਗਈ ਕਿ ਪੰਜਾਬ 'ਚ ਕਾਂਗਰਸ ਦੀ ਜਿਹੜੀ ਐਡੀ ਵੱਡੀ ਜਿੱਤ ਹੋਈ ਆ ਉਹਦਾ ਕਾਰਨ ਇਹ ਆ ਕਿ ਹਿੰਦੂ ਵੋਟ ਸੀ ਜਿਹੜੀ ਉਹ ਇੱਕ ਤਰਫਾ ਕਾਂਗਰਸ ਦੇ ਹੱਕ 'ਚ ਭੁਗਤੀ ਆ ਜੀ। ਕਾਂਗਰਸ ਦੇ ਹੱਕ 'ਚ ਇੱਕ ਤਰਫਾ ਕਿਉਂ ਭੁਗਤੀ ਆ, ਉਹਦਾ ਕਾਰਨ ਕੀ ਪੈਦਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਜਿਹਦੀ ਪੰਜਾਬ 'ਚ ਹਵਾ ਬਣੀ ਹੋਈ ਸੀ ਜੀ, ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਕਾਂਗਰਸ ਨੇ ਵੀ ਅਤੇ ਬਾਦਲ ਦਲ ਨੇ ਵੀ ਇਸ ਗੱਲ ਨੂੰ ਲੈ ਕੇ ਬਦਨਾਮ ਕੀਤਾ ਕਿ ਇਹਦੇ ਇਸ ਪਾਰਟੀ ਦੇ ਖਾੜਕੂਆਂ ਨਾਲ ਸੰਬੰਧ ਨੇ ਜੀ ਜੀ, ਚਾਹੇ ਉਹ ਮੋਗੇ 'ਚ ਰਾਤ ਨੂੰ ਕੇਜਰੀਵਾਲ ਉੱਥੇ ਜਾ ਕੇ ਕੱਟਿਆ, ਅਤੇ ਚਾਹੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਪੰਜਾਬੀ ਨੇ ਜਿਹੜੇ ਉਹਨਾਂ ਨੇ ਆ ਕੇ ਇੱਥੇ ਪੰਜਾਬ 'ਚ ਆ ਕੇ ਇਹਨਾਂ ਦਾ ਆਪਦਾ ਪ੍ਰਚਾਰ ਕੀਤਾ, ਉਹਨਾਂ ਨੇ ਕਰੋੜਾਂ ਰੁਪਈਆ ਜਿਹੜਾ ਫੰਡਿੰਗ ਦੀ ਗੱਲ ਕਰ ਲਈ ਉਹ ਲਿਆ, ਮਤਲਬ ਇਹਨਾਂ ਦੋਨਾਂ ਪਾਰਟੀਆਂ ਨੇ। ਚਲੋ ਬਾਕੀ ਤਾਂ ਇਹ ਹੁੰਦਾ ਕਿ ਲੜਾਈ 'ਚ ਹਰ ਕੁਛ ਜਾਇਜ਼ ਹੁੰਦਾ, ਪਰ ਪਿਆਰ ਅਤੇ ਜੰਗ 'ਚ ਕਹਿੰਦੇ ਹਰ ਕੁਛ ਜਾਇਜ਼ ਹੁੰਦਾ, ਉਹਨਾਂ ਨੇ ਦੋਸ਼ ਲਾਇਆ ਖੁੱਲ੍ਹੇਆਮ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਆ ਜਿਹੜੀ ਇਹਦੀ ਮਦਦ ਖਾੜਕੂ ਧਿਰਾਂ ਕਰਦੀਆਂ ਨੇ ਜੀ। ਸੋ ਇਹ ਗੱਲ ਜਚਾਈ ਗਈ ਆ ਕਿ ਪੰਜਾਬ ਦਾ ਹਿੰਦੂ ਵਰਗ ਸੀ ਜਿਹੜਾ ਉਹਨੂੰ ਜਦੋਂ ਇਹ ਇਸ ਗੱਲ ਦਾ ਅਹਿਸਾਸ ਹੋਇਆ ਕਿ ਆਮ ਆਦਮੀ ਪਾਰਟੀ ਆ ਜਿਹੜੀ ਉਹ ਖਾੜਕੂ ਧਿਰਾਂ ਦੇ ਨਾਲ ਆ ਜੀ, ਅਤੇ ਦੂਸਰੇ ਪਾਸੇ ਕਿਉਂਕਿ ਭਾਜਪਾ ਤੋਂ ਉਹ ਨਾਰਾਜ਼ ਸੀ ਜੀ, ਭਾਜਪਾ ਤੋਂ ਨਾਰਾਜ਼ ਸੀ ਉਹ ਭਾਜਪਾ ਵੱਲ ਨਹੀਂ ਗਏ ਅਤੇ ਕਾਂਗਰਸ ਵੱਲ ਚਲੇ ਗਏ ਜੀ। ਸੋ ਇਹ ਮੰਨਿਆ ਜਾਂਦਾ ਕਿ ਆਮ ਆਦਮੀ ਪਾਰਟੀ ਅਤੇ ਜਿਹੜੇ ਸਾਡੇ NRI ਵੀਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਅੰਨੀ ਮਦਦ ਕੀਤੀ ਇਹਦੇ 'ਚ ਕੋਈ ਡਾਊਟ ਨਹੀਂ, ਕੋਈ ਸ਼ੱਕ ਨਹੀਂ ਹੈ, ਉਹਨਾਂ ਨੂੰ ਖਾੜਕੂ ਬਣਾ ਕੇ ਪੇਸ਼ ਕੀਤਾ ਗਿਆ ਜੀ। ਸੋ ਹੁਣ ਉਹ ਜਿਹੜਾ ਉਹਨਾਂ ਨੂੰ ਖਾੜਕੂ ਬਣਾ ਕੇ ਪੇਸ਼ ਕੀਤਾ ਗਿਆ ਸੀਗਾ ਚੋਣ ਮੁਹਿੰਮ ਦੇ ਦਰਮਿਆਨ, ਜਿਹੜਾ ਚੋਣ 'ਚ ਪ੍ਰਚਾਰ ਹੋਇਆ, ਉਸ ਪ੍ਰਚਾਰ ਨੂੰ ਸੱਚਾ ਸਿੱਧ ਕਰਨ ਦੇ ਲਈ ਕਿ ਅਸੀਂ ਜਿਹੜੀ ਗੱਲ ਕੀਤੀ ਸੀ ਉਹ ਝੂਠੀ ਨਹੀਂ ਸੀ, ਉਸ ਕੂੜ ਪ੍ਰਚਾਰ ਨੂੰ ਉਸ ਝੂਠੇ ਪ੍ਰਚਾਰ ਨੂੰ ਸੱਚਾ ਸਿੱਧ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 'ਤੇ ਉਹ ਦੋਸ਼ ਲਾ ਤੇ ਕਿ ਇਹ ਤਾਂ ਖਾਲਿਸਤਾਨੀ ਨੇ ਜੀ। ਇਹ ਹੈਗਾ ਇਹਦਾ ਰਾਜਨੀਤਿਕ ਕਾਰਨ ਜਿਹੜਾ ਮੈਂ ਸਮਝਦਾ ਵਾਂ, ਜਿਹੜਾ ਵਿਅਕਤੀਗਤ ਕਾਰਨ ਆ
ਉਹ ਵੀ ਬੜਾ ਸਾਫ਼ ਅਤੇ ਸਪਸ਼ਟ ਆ। ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੀ ਫੇਰੀ 'ਚ ਗਏ। ਜਦੋਂ ਉਹ ਅਮਰੀਕਾ ਗਏ ਅਤੇ ਉੱਥੇ ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਵਿਦੇਸ਼ਾਂ 'ਚ ਜਿਹੜੇ ਵੀ ਬੈਠੇ, ਜਿਹੜੀ ਵੀ ਵਿਚਾਰਧਾਰਾ ਦਾ ਬੈਠਾ ਸੀ, ਪੰਜਾਬੀ ਚਾਹੇ ਸਿੱਖ, ਉਹਨਾਂ ਦਾ ਇੱਕੋ ਹੀ ਸੀ ਕਿ ਇਸ ਵਾਰੀ ਪੰਜਾਬ 'ਚ ਬਦਲ ਆ ਜਿਹੜਾ ਉਹ ਆਪ ਆ, ਨਾ ਕਾਂਗਰਸ ਆ, ਨਾ ਭਾਜਪਾ, ਨਾ ਕੋਈ ਹੋਰ ਆ, ਜੇ ਬਦਲ ਆ ਤਾਂ ਉਹ ਆਪ ਆ। ਉਹ ਕਿਸੇ ਹੋਰ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ। ਸੋ ਇਸ ਕਰਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ, ਇੱਥੋਂ ਤੱਕ ਕਿ ਸਿਮਰਜੀਤ ਸਿੰਘ ਮਾਨ, ਹੁਣ ਇਹ ਗੱਲ ਖਾਲਿਸਤਾਨ ਦੀ ਕੀਤੀ ਜਾਂਦੀ ਹੈ ਨਾ ਕਿ ਬਾਹਰਲੇ ਖਾਲਿਸਤਾਨੀ ਨੇ, ਇੱਥੋਂ ਤੱਕ ਕਿ ਖਾਲਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਝੰਡਾ ਬਰਦਾਰ ਆ ਸਿਮਰਜੀਤ ਸਿੰਘ ਮਾਨ, ਉਹਦੀ ਵੀ ਕਿਸੇ ਨੇ ਗੱਲ ਸੁਣੀ ਨਹੀਂ। ਜੀ, ਉਹ ਆਪ ਵਿਰੁੱਧ ਉਹਨੇ ਬਹੁਤ ਪ੍ਰਚਾਰ ਕੀਤਾ, ਕਿਸੇ ਨੇ ਨਹੀਂ ਸੁਣਿਆ। ਉਲਟਾ ਉਲਟਾ ਹਾਂ ਉਲਟਾ ਉਹ ਸਿਮਰਜੀਤ ਸਿੰਘ ਮਾਨ ਦਾ ਵੀ ਉਹਨਾਂ ਨੇ ਵਿਰੋਧ ਕੀਤਾ। ਸੋ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਅਮੈਰੀਕਾ ਤੋਂ ਬਾਅਦ ਕੈਨੇਡਾ ਜਾਣਾ ਸੀ। ਕੈਨੇਡਾ ਦੇ ਵਿੱਚ ਵੀ ਸਿੱਖਾਂ ਨੇ ਉਹਦਾ ਵਿਰੋਧ ਕੀਤਾ, ਜੇ ਸਿੱਖਾਂ ਨੇ ਵਿਰੋਧ ਸਰਕਾਰ ਤੱਕ ਵੀ ਲੈ ਕੇ ਗਏ ਉਹ। ਹੁਣ ਕੁਦਰਤੀ ਗੱਲ ਆ ਕਿ ਜੇ ਸਿੱਖ ਵਿਰੋਧ ਕਰਦੇ ਨੇ ਤੇ ਉਹ ਆਪਣੇ ਜਿਹੜੇ ਸਰਕਾਰ ਦੇ ਵਿੱਚ ਨੁਮਾਇੰਦੇ ਬੈਠੇ ਆ ਉਹਨਾਂ ਤੱਕ ਪਹੁੰਚ ਕਰਨਗੇ। ਜੀ ਜੀ, ਉਹਨਾਂ ਨੇ ਜ਼ਰੂਰ ਹੈ ਹਰਜੀਤ ਸਿੰਘ ਸੱਜਣ ਰੱਖਿਆ ਵਿਭਾਗ ਦਾ ਮੰਤਰੀ ਆ, ਦੂਸਰੇ ਬੈਂਸ ਨੇ ਉਹ ਵੱਖੋ ਵੱਖਰੇ ਵਿਭਾਗਾਂ ਦੇ, ਉਹਨਾਂ ਨੇ ਆਪਣੇ ਜਿਹੜੇ ਮੰਤਰੀ ਸੀ ਆਪਣੇ ਭਾਈਚਾਰੇ ਦੇ ਉਹਨਾਂ ਤੱਕ ਅਪਰੋਚ ਕੀਤੀ ਅਤੇ ਕੈਨੇਡਾ ਸਰਕਾਰ ਤੋਂ ਇਹ ਗੱਲ ਕਹਾ ਦਿੱਤੀ ਗਈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮਤਲਬ ਵੱਡੀਆਂ ਰੈਲੀਆਂ ਤੂੰ ਕੈਨੇਡਾ 'ਚ ਨਹੀਂ ਕਰ ਸਕਦਾ ਕਿਉਂਕਿ ਵਿਰੋਧ ਹੋਣ ਦਾ ਜਿਹੜਾ ਖਦਸ਼ਾ। ਇਹ ਸਾਰੀਆਂ ਪਾਰਟੀਆਂ 'ਤੇ ਲਾਗੂ ਹੁੰਦੀ ਸੀ ਉਸ ਵੇਲੇ, ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਵੀ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਦੇਖਣਾ ਹੁੰਦਾ ਹੈਗਾ। ਪਰ ਇਹ ਹੈ ਨਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਜਿਹੜੀ ਆਪਾਂ ਕਹਿੰਦੇ, ਹਾਲਾਂਕਿ ਮੈਂ ਇਹ ਵੀ ਕਹਿੰਦੇ ਕਿ ਸਿੱਖ ਮੰਨਦੇ ਸੀ ਉਹਨੂੰ ਵੀ ਇਹ ਚੰਗਾ ਸਿੱਖ ਆ। ਜੀ ਜੀ, ਕਿਉਂਕਿ ਉਹਨੇ ਜਿਹੜਾ ਮਤਲਬ ਚਾਹੇ ਉਹ ਸਾਕਾ ਦਰਬਾਰ ਸਾਹਿਬ ਦੇ ਵਿਰੋਧ 'ਚ ਹੋਇਆ, ਚਾਹੇ ਸਾਕਾ ਬੈਕ ਬਲੈਕ ਸੈਂਟਰ ਦੇ ਵਿਰੋਧ 'ਚ ਹੋਇਆ, ਪਿੱਛੇ ਵਾਲਾ ਜਿਹੜਾ ਮਦਰ ਰੋਲ ਆਪਾਂ ਕਹਿੰਦੇ, ਉਹਨੂੰ ਇਹ ਲੱਗਦਾ ਸੀ ਕਿ ਮੈਂ ਤਾਂ ਵੱਡਾ ਸਿੱਖ ਆ, ਜੇ ਮੇਰਾ ਕਿਉਂ ਵਿਰੋਧ ਕੀਤਾ ਜਾ ਰਿਹਾ ਜੀ। ਮਤਲਬ ਕਿਤੇ ਨਾ ਕਿਤੇ ਉਹਦੇ ਮਨ 'ਚ ਇਸ ਗੱਲ ਦਾ, ਚਾਹੇ ਅਸੀਂ ਗੁੱਸਾ ਕਹਿ ਲਈਏ, ਚਾਹੇ ਇਹਦੀ ਗੰਢ ਕਹਿ ਲਈਏ, ਚਾਹੇ ਜੋ ਮਰਜ਼ੀ। ਸੋ ਉਸ ਗੁੱਸੇ ਨੂੰ ਅੱਜ ਠੰਡਾ ਕਰਨ ਦੇ ਲਈ ਉਹਨੇ ਮਤਲਬ ਉਹ ਹਰਜੀਤ ਸਿੰਘ ਸੱਜਣ ਦਾ ਉਹਨੂੰ ਦਿਖਾਤਾ ਵੀ ਜੇ ਤੂੰ ਕੱਲ੍ਹ ਮੈਨੂੰ ਰੋਕਿਆ ਸੀ, ਅੱਜ ਮੈਂ ਮਤਲਬ ਇਹ ਦੋ, ਮੈਨੂੰ ਲੱਗਦਾ ਕਿ ਰਾਜਨੀਤਿਕ ਅਤੇ ਵਿਅਕਤੀਗਤ ਦੋ ਕਾਰਨ ਨੇ, ਇਸ ਤੋਂ ਬਿਨਾਂ ਹੋਰ ਕੋਈ ਕਾਰਨ ਤਾਂ ਦਿਖਾਈ ਨਹੀਂ ਦੇ ਰਿਹਾ। ਜੀ, ਜੇ ਆਪਾਂ ਗੱਲ ਕਰਦੇ ਹਾਂ ਇੱਕ ਪਾਸੇ ਤਾਂ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜਾ ਸਿੱਖ ਡੇ ਵਜੋਂ ਮਨਾਇਆ ਜਾ ਰਿਹਾ ਹੈ ਵਿਸਾਖੀ ਨੂੰ, ਹਾਂਜੀ, ਤੇ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਦੇਸ਼ ਦੇ ਜਿਹੜਾ ਲੀਡਰ ਆ, ਜਦੋਂ ਉਹਦੇ ਵੱਲੋਂ ਕੋਈ ਬਿਆਨ ਦਿੱਤਾ ਜਾਂਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਜ਼ਰੂਰ ਬਣਦਾ, ਤੇ ਉਸੇ ਦੇਸ਼ ਦੇ ਜੇਕਰ ਮੁੱਖ ਮੰਤਰੀ ਦੇ ਵੱਲੋਂ ਕਿਸੇ ਦੂਜੇ ਸੂਬੇ ਦੇ ਦੂਜੇ ਦੇਸ਼ ਦੇ ਜੇ ਰੱਖਿਆ ਮੰਤਰੀ ਦੇ ਬਾਰੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਜਾਂਦਾ ਤਾਂ ਬਹੁਤ ਵੱਡੀ ਗੱਲ ਹੈ ਜੀ, ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ ਆ। ਅਤੇ ਤੁਸੀਂ ਕੀ ਮੰਨਦੇ ਹੋ ਵੀ ਇੱਕ ਪਾਸੇ ਤਾਂ ਵਿਦੇਸ਼ੀ ਸਿੱਖਾਂ ਦਾ ਜਿਹੜਾ ਰੋਲ ਹੈ ਉਹ ਸਿੱਖਾਂ ਦੇ ਬਾਰੇ ਇਸ ਤਰ੍ਹਾਂ ਦਾ, ਜਿਹੜੀ ਉੱਥੇ ਜਿਹੜੀ ਆਪਣੀਆਂ ਉਪਲਬਧੀਆਂ ਨੇ ਇਸ ਤਰ੍ਹਾਂ ਦੀਆਂ ਨੇ, ਅਤੇ ਇੱਕ ਪਾਸੇ ਇਹ ਜਿਹੜੇ ਇੱਧਰ ਮੁੱਖ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਜਾਂਦਾ, ਅਤੇ ਕਿਵੇਂ ਮੰਨਦੇ ਹੋ ਤੁਸੀਂ, ਕਿਵੇਂ ਦੇਖਦੇ ਹੋ? ਇਹਦੇ ਨਾਲ ਮੈਂ ਸਮਝਦਾ ਕਿ ਦੂਰ ਭਵਿੱਖ ਦੇ ਵਿੱਚ ਵੀ ਬੜੇ ਵੱਡੇ ਪ੍ਰਭਾਵ ਆ ਜਿਹੜੇ ਉਹ ਪੈਣਗੇ ਜੀ, ਅਤੇ ਨੇੜ ਭਵਿੱਖ ਵਿੱਚ ਵੀ ਪੈਣਗੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਸਿੱਖਾਂ ਦਾ ਜਿਹੜਾ ਪ੍ਰਭਾਵ ਆ ਉਹ ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹ ਪੁਰਾਣੇ ਸਮੇਂ ਤੋਂ ਬੈਠੇ ਨੇ ਜੀ, ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਭਾਵ ਆ, ਕਿਉਂਕਿ ਉਹਨਾਂ ਨੇ ਬੜੀ ਵੱਡੀ ਮਿਹਨਤ ਦੇ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦਾ ਇੱਕ ਪ੍ਰਭਾਵ ਆ ਜਿਹੜਾ ਉਹ ਉਹਨਾਂ ਦੇਸ਼ਾਂ ਦੇ ਵਿੱਚ ਬਣਿਆ ਹੋਇਆ, ਅਤੇ ਉਸ ਪ੍ਰਭਾਵ ਸਦਕਾ ਅੱਜ ਉਹ ਵੱਖੋ ਵੱਖਰੇ ਅਹੁਦਿਆਂ 'ਤੇ ਵੀ ਬਿਰਾਜਮਾਨ ਨੇ ਬਾਹਰਲੇ ਦੇਸ਼ਾਂ ਦੇ ਵਿੱਚ। ਪਰੰਤੂ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਆ ਕਿ ਇੱਕ ਸਿੱਖ ਆ ਜਿਹੜਾ ਦੂਸਰੇ ਮੁਲਕ ਦੇ ਵਿੱਚ ਐਡੇ ਵੱਡੇ ਅਹੁਦੇ 'ਤੇ ਬੈਠਾ, ਜਦੋਂ ਉਹ ਆਪਣੇ ਮੁਲਕ 'ਚ ਆਪਣੇ ਸੂਬੇ 'ਚ ਜਾਂਦਾ ਅਤੇ ਉਸ ਸੂਬੇ ਦਾ ਜਿਹੜਾ ਸਭ ਤੋਂ ਵੱਡਾ ਮੁਖੀ ਆ, ਮੁੱਖ ਮੰਤਰੀ ਆ ਜਿਹੜਾ, ਉਹਦਾ ਵਿਰੋਧ ਕਰਦਾ ਜੀ,
ਖੁੱਲ੍ਹਮ ਖੁੱਲ੍ਹਾ ਵਿਰੋਧ ਕਰਦਾ। ਸੋ ਇਹਦੇ ਨਾਲ ਇੱਕ ਮਤਲਬ ਸਾਡੀ ਸਿੱਖ ਭਾਈਚਾਰੇ ਦੇ ਜਿਹੜੀ ਅਕਸ ਨੂੰ ਢਾਹ ਲੱਗਣੀ ਕਿ ਚਾਹੇ ਤਾਂ ਮਤਲਬ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਇਹ ਤਾਂ ਸਿੱਖ ਸਾਰੇ ਖਾਲਿਸਤਾਨੀ ਹੁੰਦੇ ਨੇ, ਹੁਣ ਉਹ ਆਪਣੇ ਆਪ ਨੂੰ ਸਿੱਖ ਮੰਨਦਾ ਜਾਂ ਨਹੀਂ ਮੰਨਦਾ ਇਹ ਗੱਲ ਵੱਖਰੀ ਆ। ਦੋਨੇ ਪਾਸੇ ਸਿੱਖ ਚਿਹਰੇ ਨੇ ਜੀ, ਕਿਉਂਕਿ ਜੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ, ਕੋਈ ਕੋਈ ਹਿੰਦੂ ਮੁੱਖ ਮੰਤਰੀ ਇਸ ਤਰ੍ਹਾਂ ਦਾ ਮਤਲਬ ਕੋਈ ਕੱਟੜਵਾਦੀ ਆਪਾਂ ਬਿਆਨ ਦੇ ਦਿੰਦੇ ਉਹ ਆਪਾਂ ਸਮਝ ਸਕਦੇ, ਕੋਈ ਹਿੰਦੂ ਸਿੱਖਿਆ ਨਾਲ ਆ ਜਾਂਦਾ ਕੋਈ ਪਰਵਾਹ ਨਹੀਂ ਸੀ ਉਸ ਗੱਲ ਦੀ, ਉਹ ਉਸ ਗੱਲ ਨੂੰ ਮਤਲਬ ਸਮਝਿਆ ਵੀ ਜਾ ਸਕਦਾ ਸੀ, ਉਹਦਾ ਜਵਾਬ ਵੀ ਦਿੱਤਾ ਜਾ ਸਕਦਾ ਜੀ। ਹੁਣ ਉਹ ਕੈਪਟਨ ਅਮਰਿੰਦਰ ਸਿੰਘ ਜਿਹਦੇ 'ਤੇ ਜਦੋਂ ਇਹ 2005 'ਚ ਉੱਥੇ ਗਿਆ ਕੈਨੇਡਾ 'ਚ ਡੈਕਸੀ ਗੁਰਦੁਆਰੇ, ਉਦੋਂ ਉਹਦੇ 'ਤੇ ਇਹ ਬਾਦਲਾਂ ਨੇ ਏਡੇ ਵੱਡੇ ਬਿਆਨ ਦਾ ਕਿ ਜੇ ਤਾਂ ਜੀ ਉਹ ਖਾਟੂਆਂ ਦਾ ਖਾਲਿਸਤਾਨ ਖਾਲਿਸਤਾਨ ਕਿੰਨਾ ਉਸ ਉਹ ਲੱਗਦਾ ਰਿਹਾ। ਪਰੰਤੂ ਹੁਣ ਗੱਲ ਤਾਂ ਇਹ ਹੈ ਨਾ ਵੀ ਕੀ ਕੈਪਟਨ ਅਮਰਿੰਦਰ ਸਿੰਘ ਇਹ ਮੰਨਦਾ ਕਿ ਜਿਹੜਾ ਹਰਜੀਤ ਸਿੰਘ ਸੱਜਣ ਅਤੇ ਜਿਹੜੇ ਪੰਜ ਮੰਤਰੀਆਂ ਦੀ ਗੱਲ ਕਰਦਾ ਕਿ ਕੈਨੇਡਾ ਦੇ ਵਿੱਚ ਇਹ ਖਾਲਿਸਤਾਨੀ ਮੰਤਰੀ ਨੇ ਜੀ, ਕੀ ਉਹਨਾਂ ਨੂੰ ਕੈਨੇਡਾ ਨੇ ਬਤੌਰ ਖਾਲਿਸਤਾਨੀ ਮੰਤਰੀ ਬਣਾਇਆ ਹੈ ਜੀ? ਕੀ ਹੁਣ ਜਦੋਂ 20 ਤਰੀਕ ਨੂੰ ਇਹ ਹਰਜੀਤ ਸਿੰਘ ਸੱਜਣ ਨੇ ਮੋਦੀ ਨੂੰ ਮਿਲਣਾ, ਨਰਿੰਦਰ ਮੋਦੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਕੀ ਉਹ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਮਿਲੂਗਾ ਕਿ ਖਾਲਿਸਤਾਨੀ ਮੰਤਰੀ ਵਜੋਂ ਮਿਲੂਗਾ? ਹੁਣ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਸਾਫ ਕਰੇ ਜੀ ਕਿ ਇਹ ਹੁਣ ਅੱਗੋਂ ਉਹਨੂੰ ਕਿਸ ਰੂਪ ਦੇ ਵਿੱਚ ਦੇਖਿਆ ਜਾਂਦਾ। ਸੋ ਨੇੜ ਭਵਿੱਖ ਦੇ ਵਿੱਚ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਅੱਜ ਜਿਹੜੀ ਪੰਜਾਬ ਦੀ ਸਥਿਤੀ ਆ ਆਰਥਿਕ ਤੌਰ 'ਤੇ, ਇਹਦਾ ਜਿਹੜਾ ਇਸ ਵੇਲੇ ਵਿੱਤ ਮੰਤਰੀ ਆ ਮਨਪ੍ਰੀਤ ਸਿੰਘ ਬਾਦਲ, ਉਹਨੇ ਆਪਣੇ ਮੂੰਹੋਂ ਇਹ ਗੱਲ ਕਹੀ ਆ, ਬਿਆਨ ਦਿੱਤਾ ਉਹਨੇ ਵਾਰ ਵਾਰ ਕਿ ਪੰਜਾਬ ਸਿਰ 1,85,00,000 ਮਤਲਬ 2,02,00,000 ਤੋਂ ਵੱਧ ਦਾ ਕਰਜ਼ਾ ਜਿਹੜਾ ਪੰਜਾਬ ਸਿਰ ਹੈ ਇਸ ਵੇਲੇ ਜੀ, ਅਤੇ 185 ਕਰੋੜ ਰੁਪਈਆ ਹਰ ਮਹੀਨੇ ਪੰਜਾਬ ਵਿਆਜ ਦੇ ਰਿਹਾ ਜੀ। ਮਤਲਬ ਸੂਰਜ ਚੜ੍ਹ ਗਿਆ ਤਾਂ 6 ਕਰੋੜ ਵਿਆਜ ਦਾ ਮੀਟਰ ਹੈ ਜਿਹੜਾ ਉਹ ਪੰਜਾਬ ਦਾ ਘੁੰਮਦਾ ਘੁੰਮਦਾ ਜੀ। ਸੋ ਹੁਣ ਜਦੋਂ ਪੰਜਾਬ ਦੀ ਸਨਅਤ ਆ ਜਿਹੜੀ ਉਹ ਸਾਰੀ ਪੰਜਾਬ ਛੱਡ ਕੇ ਜਾ ਚੁੱਕੀ ਆ, ਹੁਣ ਆ ਤਿੰਨ ਦਿਨ ਇਹ ਉੱਥੇ ਬੰਬੇ ਸਾਰਿਆਂ ਦੀਆਂ ਮਿੰਨਤਾਂ ਵੀ ਕਰ ਗਿਆ, ਸੋ ਹੁਣ ਜੇ ਪੰਜਾਬ ਦੀ ਆਰਥਿਕਤਾ ਨੂੰ ਦੁਬਾਰਾ ਲੀਹਾਂ 'ਤੇ ਲਿਆ ਸਕਦੇ ਨੇ ਤਾਂ ਉਹ ਸਿਰਫ ਅਤੇ ਸਿਰਫ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਪੰਜਾਬ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ, ਉਹ ਇਸ ਨੂੰ ਦੁਬਾਰਾ ਆਰਥਿਕਤਾ ਨੂੰ ਲੀਹਾਂ 'ਤੇ ਲਿਆ ਸਕਦੇ ਨੇ। ਹੁਣ ਜੇ ਉਹਨਾਂ ਕੋਲ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਜਾਂਦਾ, ਜਿਹੜੇ ਸਾਡੇ ਮਤਲਬ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਸਨਅਤਕਾਰ ਜਿਹੜੇ ਮਤਲਬ ਜਿਨ੍ਹਾਂ ਦਾ ਕਾਰੋਬਾਰ ਆ ਜਿਹੜਾ ਉਹ ਬਹੁਤ ਪ੍ਰਫੁੱਲਿਤ ਹੋਇਆ ਹੋਇਆ, ਜੇ ਮਤਲਬ ਪੰਜਾਬ 'ਚ ਆ ਕੇ ਆਪਣਾ ਕੰਮ ਕਰਦੇ ਨੇ ਤਾਂ ਪੰਜਾਬ ਦੀ ਜਿਹੜੀ ਵਿਗੜੀ ਆ ਉਹ ਸਵਾਰੀ ਜਾ ਸਕਦੀ ਆ। ਹੁਣ ਜਦੋਂ ਕੱਲ੍ਹ ਨੂੰ ਪੰਜਾਬ ਦੀ ਆਰਥਿਕਤਾ ਨੂੰ ਸਵਾਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਝੋਲੀ ਅੱਡ ਕੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਮਤਲਬ ਸਰਮਾਏਦਾਰ ਸਨਅਤਕਾਰ ਵੱਡੇ ਸਨਅਤਕਾਰ ਸਿੱਖ ਨੇ ਉਹਨਾਂ ਕੋਲ ਜਾਣਾ ਹੀ ਪੈਣਾ, ਅਤੇ ਫਿਰ ਇਹ ਤਾਂ ਗੱਲ ਦੇਖੀ ਜਾਂਦੀ ਹੈ ਜੀ, ਜਦੋਂ ਕੋਈ ਪਾਰਟੀ ਫੰਡ ਦੀ ਗੱਲ ਹੁੰਦੀ ਹੈ ਜਾਂ ਕੋਈ ਹੋਰ ਵਿਸ਼ਾ ਹੁੰਦਾ ਵਾ ਉਦੋਂ ਜ਼ਰੂਰ ਪਹੁੰਚ ਕੀਤੀ ਜਾਂਦੀ ਹੈ ਵਿਦੇਸ਼ੀ ਸਿੱਖਾਂ ਦੇ ਬਾਰੇ, ਅਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਬਿਆਨ ਲੱਗਣੇ ਕਿ ਉਹ ਆਪਾਂ ਉਮੀਦ ਕਰ ਸਕਦੇ ਹਾਂ ਵੀ ਉਹ ਇਸ ਤਰ੍ਹਾਂ। ਉਹੀ ਗੱਲ ਹੈ ਨਾ, ਹੁਣ ਇਸ ਵਿਅਕਤੀ ਨੇ ਬਿਨਾਂ ਕਾਰਨ ਆਪਣੇ ਲਈ ਦਰਵਾਜ਼ੇ ਆ ਜਿਹੜੇ ਬੰਦ ਕਰਵਾ ਲਏ ਜੀ, ਕਿਹੜੇ ਮੂੰਹ ਦੇ ਨਾਲ ਕੱਲ੍ਹ ਨੂੰ ਇਹ ਕੈਨੇਡਾ ਅਮੈਰੀਕਾ ਇੰਗਲੈਂਡ ਵਗੈਰਾ 'ਚ ਫੇਰੀ ਪਾ ਸਕਦਾ ਅਤੇ ਉੱਥੋਂ ਦੇ ਸਿੱਖੇ ਦਾ ਵਿਰੋਧ ਕਿਉਂ ਨਹੀਂ ਕਰਨਗੇ ਜੀ? ਮਤਲਬ ਇਹ ਗੱਲ ਤਾਂ ਸਾਫ ਹੈ ਜੀ, ਜੇ ਅੱਜ ਉਹਨੇ ਬਿਨਾਂ ਕਾਰਨ ਐਡੀ ਵੱਡੀ ਮਤਲਬ ਕਿ ਸਿੱਖਾਂ ਸਮੁੱਚੇ ਵਿਸ਼ਵ 'ਚ ਬੈਠੇ ਸਿੱਖਾਂ ਨੂੰ ਇੱਕ ਠੇਸ ਪਹੁੰਚਾਈ ਆ ਅਤੇ ਕੱਲ੍ਹ ਨੂੰ ਜਦੋਂ ਇਹ ਜਾਊਗਾ ਤਾਂ ਇਹਦਾ ਵਿਰੋਧ ਨਹੀਂ ਹੋਊਗਾ ਜੀ। ਅਗਲੀ ਗੱਲ ਇਹ ਆ ਕਿ ਇੱਕ ਬੰਡੀ ਆ ਜਿਹੜੀ ਬੜਾ ਬੜਾ ਖਤਰਨਾਕ ਰੁਝਾਨ ਆ ਜਿਹੜਾ ਇਹ ਇਹਨਾਂ ਵਿਧਾਨ ਸਭਾ ਚੋਣਾਂ ਦੇ ਨਾਲ ਕਿ NRI ਵੀਰ ਸੀ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਖੁੱਲ੍ਹ ਕੇ ਨਿਤਰੇ ਹੋਏ,
ਤੇ ਪਰੰਤੂ ਪੰਜਾਬ ਦੇ ਜਿਹੜੇ ਹਾਲਾਤ ਸੀ ਉਹਨਾਂ ਹਾਲਾਤਾਂ 'ਚ, ਕਿਉਂਕਿ ਆਮ ਆਦਮੀ ਪਾਰਟੀ ਨੇ NRI ਵੀਰ ਸੀ ਜਿਹੜੇ ਉਹਨਾਂ ਦੀ ਮਦਦ ਤਾਂ ਲੈ ਲਈ, ਜੀ ਪਰੰਤੂ ਜਿਹੜੀਆਂ ਪੰਜਾਬ ਦੀਆਂ ਅਤੇ ਸਿੱਖਾਂ ਦੀਆਂ ਸਮੱਸਿਆਵਾਂ ਸੀ ਉਹ ਨਾ NRIs ਨੇ ਇਹਨਾਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਡਿਸਕਸ ਕੀਤੀਆਂ ਬੈਠ ਕੇ ਵੀ ਜੀ ਕਿਹੜਾ ਏਜੰਡਾ ਲੈ ਕੇ ਤੁਸੀਂ ਪੰਜਾਬ ਜਿਹੜੇ ਦੇ ਪੰਜਾਬ ਦੇ ਰਵਾਇਤੀ ਮੁੱਦੇ ਆਪਾਂ ਗੱਲ ਕਰ ਮੁੱਦੇ ਰਹੇ ਉਹਨਾਂ 'ਚ ਕੀ ਜੀ ਕਰੋਗੇ ਤੁਸੀਂ, ਅਤੇ ਨਾ ਆਮ ਆਦਮੀ ਪਾਰਟੀ ਨੇ ਕੋਈ ਉਸ ਬਾਰੇ ਗੱਲ ਕੀਤੀ, ਜੀ ਇੱਥੋਂ ਤੱਕ ਕਿ ਉਹਨਾਂ ਕੋਈ ਸਿੱਖ ਚਿਹਰਾ ਸੀ ਜਿਹੜਾ ਉਹ ਜੀ ਮੁੱਖ ਮੰਤਰੀ ਦਾ ਇੱਥੋਂ ਤੱਕ ਕੈਂਡੀਡੇਟ ਕਿ ਕੇਜਰੀਵਾਲ ਦੇ ਬਿਆਨ ਵੀ ਆਏ ਸੀ ਕਿ SYL ਤੇ ਕਾਫੀ ਬਿਲਕੁਲ ਵਿਵਾਦਿਤ ਬਿਆਨ ਬਿਲਕੁਲ ਆਏ ਸਨ। ਮਤਲਬ ਇਹ ਉਹ ਗੱਲ ਆ ਜਿਹੜੀ ਕਿ ਜਿਹੜੀ ਸਿੱਖੀ ਦੀ ਜਨਮ ਭੂਮੀ ਤੇ ਕਰਮ ਭੂਮੀ ਪੰਜਾਬ ਦੀ ਧਰਤੀ ਤੇ ਗੱਲ ਤਾਂ ਸਿੱਖੀ ਦੀ ਹੋਣੀ ਆ, ਸਿੱਖ ਜੀ ਮੁੱਦਿਆਂ ਦੀ ਹੋਣੀ ਆ, ਜੀ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਜਾਂ ਹੋਰ ਜਿਹੜੇ ਮੁੱਦੇ ਜੁੜੇ ਨੇ ਉਹ ਬਾਅਦ ਵਿੱਚ ਚਲੇ ਜਾਂਦੇ ਨੇ। ਉਹਨਾਂ ਮੁੱਦਿਆਂ ਨੂੰ ਦੂਰ ਰੱਖ ਕੇ NRI ਵੀਰਾਂ ਨੇ ਜਿਹੜਾ ਅੰਨੀ ਮਦਦ ਕਰਤੀ ਜਿਹਨੂੰ ਪੰਜਾਬ ਦੇ ਲੋਕਾਂ ਨੇ ਮਤਲਬ ਹਜ਼ਮ ਨਹੀਂ ਕੀਤਾ, ਜੀ ਉਹਨਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਢਿੱਡ ਦਾ ਜਿਹੜੀ ਬੇਈਮਾਨੀ ਸੀ ਜੀ ਉਹ ਦਿਖਾਈ ਦਿੱਤੀ ਵੀ ਇਹਨਾਂ ਦੇ ਢਿੱਡ 'ਚ ਸਿੱਖਾਂ ਪ੍ਰਤੀ ਬੇਈਮਾਨੀ ਆ, ਉਸ ਕਾਰਨ ਨਤੀਜੇ ਸੀ ਜਿਹੜੇ ਉਹ ਉਲਟ ਗਏ ਜੀ। ਪਰੰਤੂ ਹੁਣ ਜਿਹੜੀ ਇਹ ਇੱਕ ਲਾਈਨ ਖਿੱਚੀ ਜਾਂਦੀ ਆ ਕਿ ਜਿਹੜਾ ਵਿਦੇਸ਼ ਦੇ ਵਿੱਚ ਵਿਦੇਸ਼ ਦੀ ਧਰਤੀ ਤੇ ਬੈਠਾ ਸਿੱਖ ਆ ਉਹ ਖਾੜਕੂਆ ਉਹ ਖਾਲਿਸਤਾਨੀ ਆ, ਇਹ ਇੱਕ ਜਿਹੜੀ ਲਾਈਨ ਇੱਕ ਕੈਪਟਨ ਅਮਰਿੰਦਰ ਨੇ ਖਿੱਚ ਦਿੱਤੀ ਆ, ਮੈਨੂੰ ਪੰਜਾਬ ਤੇ ਸਿੱਖਾਂ ਦੇ ਤੇ ਬਾਹਰਲੇ ਸਿੱਖ ਭਾਈਚਾਰੇ ਦੇ ਇੱਕ ਜਿਹੜੀ ਇਹ ਨਵੀਂ ਲਾਈਨ ਇਹਨੇ ਲਕੀਰ ਖਿੱਚਤੀ ਆ, ਕਿਉਂਕਿ ਕੱਲ੍ਹ ਨੂੰ ਤੁਸੀਂ ਇਹ ਦੇਖੋ ਕਿ ਬਹੁਤ ਦੂਰ ਦੀ ਜੇ ਇਸ ਗੱਲ 2019 ਆ ਜਿਹੜਾ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਹਿੰਦੂਤਵ ਦੇ ਮੁੱਦੇ ਤੇ ਭਾਜਪਾ ਨੇ 2019 ਦੀਆਂ ਚੋਣਾਂ ਲੜਨੀਆਂ ਹਿੰਦੂਤਵ ਦੇ ਮੁੱਦੇ ਤੇ ਲੜਨੀਆਂ ਨੇ ਤੇ ਜਿੱਤਣੀਆਂ ਵੀ ਨੇ ਜੋ UP ਦੇ ਨਤੀਜੇ ਆਏ ਨੇ ਉਹਦੇ ਮੁਤਾਬਕ, ਤੇ ਉਸ ਤੋਂ ਬਾਅਦ ਇਸ ਦੇਸ਼ ਨੂੰ ਭਗਵਾਂ ਬ੍ਰਿਗੇਡ ਨੇ ਨਾਗਪੁਰੀ ਤਖ਼ਤ ਨੇ ਭਾਜਪਾ ਨੇ ਹਿੰਦੂ ਰਾਸ਼ਟਰ ਐਲਾਨ ਦੇਣਾ, ਮੈਂ ਇਸ ਗੱਲ ਦਾ ਲਿਖਤੀ ਦਾਅਵਾ ਕਰਨ ਲਈ ਤਿਆਰ ਹਾਂ। ਉਸ ਵੇਲੇ ਆਹ ਜਿਹੜੀ ਲਕੀਰ ਕੈਪਟਨ ਨੇ ਖਿੱਚ ਦਿੱਤੀ ਆ ਕਿ ਸਿੱਖ ਆ ਜਿਹੜੇ ਇਹ ਖਾੜਕੂ ਨੇ ਅਤੇ ਖਾਲਿਸਤਾਨੀ ਨੇ ਇਹਦਾ ਖਮਿਆਜ਼ਾ ਜਿਹੜਾ ਉਹ ਸਿੱਖਾਂ ਨੂੰ ਕਿਸ ਰੂਪ 'ਚ ਭੁਗਤਣਾ ਪਊਗਾ, ਸ਼ਾਇਦ ਨਾ ਅੱਜ ਕੈਪਟਨ ਨੇ ਅੰਦਾਜ਼ਾ ਲਾਇਆ ਅਤੇ ਨਾ ਸ਼ਾਇਦ ਕੋਈ ਅਸੀਂ ਵੀ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਅੱਜ ਦੀ ਤਰੀਕ 'ਚ ਨਹੀਂ ਲਾ ਸਕੇ। ਇਸ ਜਿਹੜਾ ਬਿਆਨ ਆਇਆ, ਚਲੋ ਕੈਪਟਨ ਨੇ ਬਿਆਨ ਦਿੱਤਾ, ਪਰ ਇਹ ਸਿੱਖਾਂ ਦੇ ਵਿਰੁੱਧ ਨਹੀਂ ਤੁਸੀਂ ਮੰਨਦੇ ਇਸ ਬਿਆਨ ਨੂੰ ਕਿ ਸਿੱਖ ਭਾਈਚਾਰੇ ਦੇ ਵਿਰੁੱਧ ਹੋ ਕੇ ਬਿਲਕੁਲ ਹੀ ਉਹਨਾਂ ਨੇ ਬਿਆਨ ਦਿੱਤਾ ਹੈ? ਨਹੀਂ ਦੇਖੋ, ਮੈਂ ਤਾਂ ਆਪਾਂ ਹੁਣ ਤੱਕ ਜਿਹੜੀ ਗੱਲਬਾਤ ਕੀਤੀ ਆ ਕਿ ਇਹ ਬਿਆਨ ਆ ਜਿਹੜਾ ਜਿਹੜੀ ਮੈਂ ਗੱਲ ਮਤਲਬ ਕਿ ਕੈਪਟਨ ਅਮਰਿੰਦਰ ਦੇ ਮਨ 'ਚ ਇਹ ਆ ਕਿ ਮੈਂ ਪੰਜਾਬ ਦੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਖੁਸ਼ ਕਰਨਾ ਜੀ, ਜਿਹੜੀ ਮੈਂ ਗੱਲ ਕੀਤੀ ਆ ਕਿ ਉਹਨਾਂ ਨੇ ਇਹ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਜਿਹੜਾ ਇਹਨਾਂ ਆਮ ਆਦਮੀ ਪਾਰਟੀ ਵਿਰੁੱਧ ਰੌਲਾ ਪਾ ਰਹੇ ਸੀ ਕਿ ਇਹ ਖਾੜਕੂਆਂ ਦੀ ਹਮਾਇਤੀ ਆ, ਉਹ ਗੱਲ ਨੂੰ ਸਾਬਤ ਕਰਨ ਲਈ ਹਰਜੀਤ ਸਿੰਘ ਸੱਜਣ ਵਿਰੁੱਧ ਦੋਸ਼ ਆ ਜਿਹੜੇ ਉਹਨੇ ਲਾਤੇ। ਸੋ ਇਸ ਗੱਲ ਦਾ ਜਿਹੜਾ ਆਪਾਂ ਗੱਲ ਕੀਤੀ ਆ ਕਿ ਸਿੱਖਾਂ ਦੇ ਅਕਸ ਤੇ ਹੁਣ ਇੱਕ ਪਾਸੇ ਤਾਂ ਅਮੈਰੀਕਾ ਦੇ ਵਿੱਚ ਵਿਸਾਖੀ ਨੂੰ ਉਹਨਾਂ ਨੇ ਨੈਸ਼ਨਲ ਡੇ ਮੰਨ ਲਿਆ ਜੀ, ਕੈਨੇਡਾ ਦੇ ਵਿੱਚ ਮੰਨ ਲਿਆ, ਆਸਟ੍ਰੇਲੀਆ ਦੇ ਵਿੱਚ ਮੰਨ ਲਿਆ, ਨਿਊਜ਼ੀਲੈਂਡ ਦੇ ਵਿੱਚ ਹੋਇਆ, ਮਤਲਬ ਇੱਕ ਪਾਸੇ ਤਾਂ ਦੁਨੀਆ ਦੇ ਵਿੱਚ ਸਾਡੀ ਜਿਹੜੀ ਮਤਲਬ ਸਾਡੇ ਧਰਮ ਨੂੰ, ਸਾਡੀ ਕੌਮ ਨੂੰ, ਸਾਡੇ ਨਿਆਰੇ ਨਿਰਾਲੇਪਣ ਨੂੰ, ਸਾਡੀ ਵਿਲੱਖਣਤਾ ਨੂੰ ਪ੍ਰਵਾਨਗੀ ਮਿਲ ਰਹੀ ਆ ਜੀ, ਅਤੇ ਦੂਸਰੇ ਪਾਸੇ ਸਾਡੇ ਵਿੱਚੋਂ ਹੀ ਹੁਣ ਜੇ ਅਸੀਂ ਕਿਸੇ ਵੀ ਵਿਦੇਸ਼ ਦੇ ਨਾਲ ਗੱਲ ਕਰਦੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਜੀ ਫੋਟੋ ਦਿਖਾ ਦਈਏ ਅਤੇ ਪੰਜਾਬ ਦਾ ਮੁੱਖ ਮੰਤਰੀ, ਅਤੇ ਉਹਦਾ ਪਹਿਲਾ ਪ੍ਰਭਾਵ ਕੀ ਹੋਊਗਾ? ਸਿੱਖ ਵਜੋਂ ਹੀ ਹੋਊਗਾ ਨਾ, ਸਿੱਖ ਵਜੋਂ ਹੋਊਗਾ ਕਿਉਂਕਿ ਚਿਹਰਾ ਮੋਹਰਾ ਸਿੱਖ ਵਜੋਂ, ਸਿੱਖ ਆਗੂ ਵਜੋਂ ਜੀ। ਸੋ ਜੇ ਇੱਕ ਸਿੱਖ ਆਗੂ ਵਜੋਂ ਪੰਜਾਬ ਦੇ ਲੋਕਾਂ ਵੱਲੋਂ ਪ੍ਰਵਾਨਿਤ ਕੀਤਾ ਗਿਆ ਵਿਅਕਤੀ ਸਿੱਖਾਂ ਨੂੰ ਹੀ ਇਹ ਕਹਿ ਰਿਹਾ, ਜਿਹੜੇ ਸਿੱਖ ਵਿਦੇਸ਼ਾਂ ਦੀ ਧਰਤੀ 'ਤੇ ਆਪਣਾ ਨਾਮ ਕਮਾਈ ਬੈਠੇ ਨੇ, ਆਪਣੇ ਅਹੁਦਿਆਂ 'ਤੇ ਬਿਰਾਜਮਾਨ ਹੋਏ ਬੈਠੇ ਨੇ, ਉਹਨਾਂ ਬਾਰੇ ਹੀ ਕਹਿ ਰਿਹਾ ਕਿ ਇਹ ਤਾਂ ਸਾਰੇ ਖਾਲਿਸਤਾਨੀ ਨੇ ਜੀ।
ਸੋ ਇਹ ਇਹ ਇੱਕ ਮਤਲਬ ਇਸ ਗੱਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਹੈ ਕਿ ਪੰਜਾਬ ਇਸ ਦੇਸ਼ 'ਚ ਤਾਂ ਸਾਡੇ 'ਤੇ ਜਿਹੜਾ ਪ੍ਰਭਾਵ ਪੈਣਾ ਉਹ ਪੈਣਾ ਹੀ ਆ, ਉਹਦਾ ਅੰਦਾਜ਼ਾ ਜਿਹੜਾ 2019 ਤੋਂ ਬਾਅਦ ਸਿੱਟੇ ਨੇ ਜਿਹੜੇ ਉਹ ਸਾਡੇ ਸਾਹਮਣੇ ਆਉਣਗੇ, ਪਰੰਤੂ ਹੁਣੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਿਆਨ ਦਾ ਜਿਹੜਾ ਪ੍ਰਭਾਵ ਆ ਉਹ ਸਾਨੂੰ ਦਿਖਾਈ ਦਊਗਾ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇੱਕ ਸ਼ੰਕਾ ਦਾ ਬੀਜ ਆ ਜਿਹੜਾ ਉਹ ਇਹਨੇ ਅੱਜ ਪੈਦਾ ਕਰ ਦਿੱਤਾ। ਸੋ ਇਸ ਗੱਲ ਦਾ ਖਮਿਆਜ਼ਾ ਜਿਹੜਾ ਉਹ ਕੌਮ ਨੂੰ ਭੁਗਤਣਾ ਪੈਣਾ, ਸਿੱਖਾਂ ਨੂੰ ਭੁਗਤਣਾ ਪੈਣਾ, ਅਤੇ ਉਹਦੇ ਲਈ ਪੂਰਨ ਰੂਪ ਦੇ ਵਿੱਚ ਜੀ ਜ਼ਿੰਮੇਵਾਰ ਆ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੋਊਗਾ। ਜਿਹੜਾ ਸਿੱਖ ਨਸਲ ਕੁਸ਼ੀ 'ਤੇ ਵੀ ਆਪਾਂ ਗੱਲ ਕਰਦੇ ਹਾਂ, ਮਤਾ ਪਾਸ ਕੀਤਾ ਗਿਆ, ਅਤੇ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਿਆਨ ਦਿੱਤਾ ਗਿਆ, ਇਹਨੂੰ ਵੀ ਤੁਸੀਂ ਕਿਸੇ ਤਰੀਕੇ ਨਾਲ ਜੋੜ ਕੇ ਦੇਖ ਸਕਦੇ ਹੋ। ਬਹੁਤ ਬੜੀ ਗੰਭੀਰ ਗੱਲ ਆ, ਜਿਹੜੀ ਬੜੀ ਡੂੰਘੀ ਗੱਲ ਆ ਇਹ ਤੁਸੀਂ ਕੀਤੀ ਆ, ਕਿ ਸਭ ਤੋਂ ਵੱਡੀ ਗੱਲ ਤਾਂ ਉਹੀ ਆ ਗਈ ਨਾ ਕਿ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਵੀ ਕੈਨੇਡਾ ਦੀ ਵਿਧਾਨ ਸਭਾ ਵਿੱਚ ਜੀ, ਉਸ ਕੈਨੇਡਾ 'ਚ ਜਿਹੜੀ ਵਿਧਾਨ ਸਭਾ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਜਿਹੜੀ ਉਹ ਮਤਾ ਪਾਸ ਕਰਦੀ ਆ ਕਿ 1984 ਦਾ ਸਿੱਖ ਕਤਲੇਆਮ ਸਿੱਖ ਨਸਲ ਕੁਸ਼ੀ ਸੀ ਜੀ, ਅਤੇ ਉਸੇ ਹੀ ਕੈਨੇਡਾ ਦੇ ਰੱਖਿਆ ਮੰਤਰੀ ਵਿਰੁੱਧ ਉੱਥੇ ਉਸੇ ਹੀ ਕੈਨੇਡਾ ਦੇ ਮੰਤਰੀਆਂ ਵਿਰੁੱਧ ਕੈਪਟਨ ਗੋਲਾ ਦਾਗਦਾ ਜਿਹੜਾ ਵਿਰੋਧ ਵੀ ਕੀਤਾ ਗਿਆ ਸੰਸਦ ਦੇ ਵਿੱਚ, ਇੱਕ ਮੋਹਰ ਲਾਉਣ ਵਾਲੀ ਗੱਲ। ਬਿਲਕੁਲ, ਜਿਹੜਾ ਮਤਲਬ ਭਾਰਤ ਸਰਕਾਰ ਨੇ ਵਿਰੋਧ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਉੱਤੇ ਮੋਹਰ ਲਾਤੀ। ਹੁਣ ਤੁਸੀਂ ਅਸੀਂ ਮਤਲਬ ਇਸ ਗੱਲ ਨੂੰ ਪ੍ਰਮਾਣ ਕਰ ਸਕਦੇ ਹਾਂ ਕਿ ਕਿਤੇ ਨਾ ਕਿਤੇ ਇੱਕ ਗੱਲ ਚੱਲਦੀ ਸੀ ਜੀ ਕਿ ਇਹ ਰਲੀ ਮਿਲੀ ਖੇਡ ਆ, ਸਾਰੀ ਰਲੀ ਮਿਲੀ ਖੇਡ ਆ। ਸੋ ਉਹ ਉਹ ਇਹ ਸਾਰਾ ਕੁਝ ਉਸ ਪਾਸੇ ਨੂੰ ਤੁਰਿਆ ਆ ਰਿਹਾ, ਕਿਤੇ ਸੈਂਟਰ ਦੀ ਇਨਵੋਲਵਮੈਂਟ ਵੀ ਆ ਜਾਂਦੀ ਹੈ ਪੂਰੀ ਤਰ੍ਹਾਂ। ਜੇ ਮਤਲਬ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਜਿਹੜੀ ਖਿਚੜੀ ਆ ਉਹ ਕੇਂਦਰ ਸਰਕਾਰ ਨਾਲ ਪਕਾ ਰਿਹਾ, ਕਿਉਂਕਿ ਬਿਆਨ ਦਾ ਕੋਈ ਇਸ ਵੇਲੇ ਮਤਲਬ ਹੀ ਨਹੀਂ ਸੀ ਬਣਦਾ, ਟੋਕੇ ਨਹੀਂ ਬਣਦੀ ਕੋਈ ਜਾਤਾ ਹੋਵੇ ਨਾ ਕਿ ਉਹਦੀ ਕੋਈ ਉਹਨੇ ਪੰਜਾਬ ਸਰਕਾਰ ਦੇ ਨਾਲ ਕੋਈ ਉਹਦੀ ਮੀਟਿੰਗ ਫਿਕਸ ਹੋਈ ਹੋਵੇ ਜੀ। ਇੱਕ ਪ੍ਰੋਟੋਕੋਲ ਹੈ ਕਿ ਕਿਸੇ ਬਾਹਰਲੇ ਮੁਲਕ ਦਾ ਕੋਈ ਰਾਸ਼ਟਰਪਤੀ, ਕੋਈ ਪ੍ਰਧਾਨ ਮੰਤਰੀ, ਕੋਈ ਵੱਡਾ ਕੈਬਨਿਟ ਮੰਤਰੀ ਕੋਈ ਆਉਂਦਾ ਤੇ ਉਹਨੂੰ ਜਿਹੜੀ ਉੱਥੋਂ ਦੀ ਸਟੇਟ ਦੀ ਸਰਕਾਰ ਆ ਉਹਨੇ ਐਜ ਏ ਇੱਕ ਮਤਲਬ ਸਟੇਟ ਗੈਸਟ ਵਜੋਂ ਉਹਨੂੰ ਮਾਨ ਸਨਮਾਨ ਦੇਣਾ ਦੇਣਾ ਹੁੰਦਾ, ਇੱਕ ਪ੍ਰੋਟੋਕੋਲ ਹੈ ਉਹਨੂੰ। ਨਾ ਇਹ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਉਹ ਕਰ ਸਕਦਾ, ਨਾ ਕੋਈ ਹੋਰ ਕਰ ਸਕਦਾ, ਕੋਈ ਮਤਲਬ ਇਸ ਬਿਆਨ ਦੀ ਕੋਈ ਅਹਿਮੀਅਤ ਨਹੀਂ, ਬਿਨਾਂ ਕਾਰਨ ਬੇਲੋੜਾ ਬਿਆਨ ਆ ਜੇ ਆਪਾਂ ਆਪਣੀ ਭਾਸ਼ਾ 'ਚ ਕਹਿੰਦੇ ਹਾਂ। ਪਰੰਤੂ ਕੈਪਟਨ ਨੇ ਕਿਉਂਕਿ ਇਹਦੇ ਨਾਲ ਕਈ ਨਿਸ਼ਾਨੇ ਕੀਤੇ ਨੇ ਜੀ, ਸੋ ਕੈਪਟਨ ਲਈ ਇਹਦੇ ਬਹੁਤ ਅਰਥ ਹੋ ਸਕਦੇ ਨੇ ਸਾਡੇ ਸਿੱਖਾਂ ਦੇ ਲਈ, ਜਿਹੜਾ ਅਸੀਂ ਇਹ ਮੰਨਦੇ ਹਾਂ ਕਿ ਸਿੱਖਾਂ ਦਾ ਅੱਜ ਸਿੱਖ ਆ ਜਿਹੜੀ ਉਹ ਗਲੋਬਲ ਕੌਮ ਆ ਜੀ। ਸੋ ਜੇ ਇਹ ਇਸ ਗੱਲ ਨੂੰ ਅਸੀਂ ਦੇਖੀਏ ਕਿ ਸਿੱਖ ਆ ਜਿਹੜੇ ਉਹ ਗਲੋਬਲ ਨੇਸ਼ਨ ਆ ਜੀ, ਸਮੁੱਚੇ ਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ, ਗਲੋਬਲ ਨੇਸ਼ਨ ਆ। ਸੋ ਜੇ ਅਸੀਂ ਉਸ ਗੱਲ ਨੂੰ ਦੇਖੀਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗਲੋਬਲ ਨੇਸ਼ਨ ਵਜੋਂ ਮਾਨਤਾ ਪ੍ਰਾਪਤ ਕਰ ਰਹੀ ਕੌਮ ਤੇ ਇੱਕ ਵੱਡਾ ਗੋਲਾ ਦਾਗਿਆ ਜੀ, ਤੇ ਗੋਲਾ ਦਾਗ ਕੇ ਖੁਸ਼ ਕਿਹਨੂੰ ਕੀਤਾ? ਇਸ ਦੇਸ਼ ਦੀ ਹਿੰਦੂਵਾਦੀ ਭਾਜਪਾ ਸਰਕਾਰ ਨੂੰ। ਸੋ ਹੁਣ ਇਹਦਾ ਨਤੀਜਾ ਕੱਢਿਆ ਹੀ ਜਾ ਸਕਦਾ ਜੀ। ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਬਿਆਨ ਦੇ ਰਹੇ ਨੇ ਇਸ ਤਰ੍ਹਾਂ ਦੇ, ਹੈ ਨਾ, ਤੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਬੀਤੇ ਦਿਨਾਂ ਦੇ ਵਿੱਚ ਉਹ KPS ਗਿੱਲ ਜਿਹੜੇ ਕਿ ਸਿੱਖ ਨਸਲ ਕੁਸ਼ੀ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਰੋਲ ਹੈ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸਹੀ ਲੱਗਦਾ? ਤੇ ਇੱਧਰ ਇਹਨਾਂ ਨੂੰ ਮਿਲਣ ਨੂੰ ਤੇ ਕੋਈ ਇਹ ਕਿਸ ਤਰ੍ਹਾਂ ਦਾ ਮੰਨਦੇ ਤੁਸੀਂ ਇਹ? ਦੇਖੋ ਕਿ ਜਿਹੜੇ ਸਿਆਸੀ ਲੋਕ ਨੇ ਜੀ, ਇਹਨਾਂ ਦਾ ਨਾ ਕੋਈ ਦੀਨ ਹੁੰਦਾ, ਨਾ ਕੋਈ ਇਮਾਨ ਹੁੰਦਾ, ਨਾ ਕੋਈ ਧਰਮ ਹੁੰਦਾ, ਉਹ ਚਾਹੇ ਕੈਪਟਨ ਅਮਰਿੰਦਰ ਹੋਵੇ, ਉਹ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਚਾਹੇ ਨਰਿੰਦਰ ਮੋਦੀ ਹੋਵੇ ਜੀ, ਮੈਨੂੰ ਲੱਗਦਾ ਕਿ ਕੋਈ ਮਤਲਬ 19-21 ਦਾ ਜ਼ਰੂਰ ਫਰਕ ਹੋ ਸਕਦਾ, ਇਸ ਤੋਂ ਵੱਧ ਨਹੀਂ। ਸੋ ਇਹਨਾਂ ਲਈ ਸੱਤਾ ਜਿਹੜੀ ਉਹੀ ਉਹੀ ਸਾਰਾ ਕੁਝ ਅਰਥ ਰੱਖਦੀ ਆ। ਅੱਜ ਕੈਪਟਨ ਅਮਰਿੰਦਰ ਸਿੰਘ ਸੱਤਾ 'ਤੇ ਕਾਬਜ਼ ਆ ਅਤੇ ਉਹ ਉਹ ਸਾਰੀ ਖੇਡ ਖੇਡ ਰਿਹਾ ਜਿਹਦੇ ਨਾਲ ਉਹਦੀ ਸੱਤਾ 'ਤੇ ਜਿਹੜੀ ਪਕੜ ਹੈ
ਹੋਰ ਮਜ਼ਬੂਤ ਹੋਰ ਮਜ਼ਬੂਤ ਹੋਵੇ, ਕਿਉਂਕਿ ਇੱਕ ਪਾਸੇ ਕਾਂਗਰਸ ਆ ਜਿਹੜੀ ਉਹ ਕਮਜ਼ੋਰ ਹੋ ਰਹੀ ਆ। ਜੀ ਕਾਂਗਰਸ ਦਾ ਜਿਹੜਾ ਭਵਿੱਖ ਦਾ ਪ੍ਰਧਾਨ ਮੰਨਿਆ ਜਾਂਦਾ ਵਾ, ਉਹ ਪ੍ਰਧਾਨ ਮੰਤਰੀ ਵਾਲੀ ਗੱਲ ਤਾਂ ਸ਼ਾਇਦ ਖਤਮ ਹੀ ਹੋ ਗਈ ਆ, ਜਿਹੜਾ ਭਵਿੱਖ ਦਾ ਪ੍ਰਧਾਨ ਮੰਨਿਆ ਜਾ ਰਿਹਾ ਰਾਹੁਲ ਗਾਂਧੀ, ਉਹ ਵੀ ਕੈਪਟਨ ਦੇ ਅੱਗੇ ਕਮਜ਼ੋਰ ਹੋ ਗਿਆ। ਸੋ ਜਦੋਂ ਪੰਜਾਬ ਦੀ ਜਿੱਤ ਦੀ ਗੱਲ ਕੀਤੀ ਜਾਂਦੀ ਆ ਉਦੋਂ ਤਾਂ ਕਿਹਾ ਜਾਂਦਾ ਕਿ ਇੱਥੇ ਕਾਂਗਰਸ ਨੇ ਕੈਪਟਨ ਦਿੱਤੇ ਆ। ਜੇ ਸਿੱਖ ਮੁੱਦਿਆਂ ਦੀ ਗੱਲ ਆਉਂਦੀ ਆ ਉਦੋਂ ਕਿਹਾ ਜਾਂਦਾ ਕਿ ਨਹੀਂ, ਜਿਹੜਾ ਪੰਜਾਬ ਦਾ ਹਿੰਦੂ ਆ ਉਹ ਕਾਂਗਰਸ ਦੇ ਖਾਤੇ 'ਚ ਚਲਿਆ ਗਿਆ ਤਾਂ ਕਾਂਗਰਸ ਜਿੱਤੀ ਆ। ਮਤਲਬ ਆਪਣੇ ਅਨੁਸਾਰ ਉਸ ਗੱਲ ਦੇ ਜਿੱਤ ਦੇ ਅਰਥ, ਜਿੱਤ ਦੇ ਕਾਰਨ ਨੇ ਜਿਹੜੇ ਉਹ ਆਪਣੇ ਅਨੁਸਾਰ ਬਦਲੇ ਜਾਂਦੇ। ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਇਹ ਕੈਪਟਨ ਅਮਰਿੰਦਰ ਸਿੰਘ KPS ਗਿੱਲ ਨੂੰ ਤਾਂ ਉਹ ਗੁਲਦਸਤਾ ਦੇਣ ਜਾਂਦਾ, ਹਾਲਾਂਕਿ ਉਸ ਗੱਲ ਦੀ ਕੀ ਤੁੱਕ ਹੈ? KPS ਗਿੱਲ ਨੂੰ ਜਿਹੜਾ ਗੁਲਦਸ ਉਸਨੇ ਕੋਈ ਪ੍ਰਾਪਤੀ ਕੀਤੀ ਸੀ ਕੋਈ ਵਿਸ਼ੇਸ਼ ਜਿਹਦੇ ਲਈ ਉਹਨੂੰ ਸਨਮਾਨਿਤ ਕਰਨ ਚਲਿਆ ਗਿਆ, ਜਾਂ ਕੋਈ ਉਹਨੇ ਕੋਈ ਹੋਰ ਖੁਸ਼ੀ ਕੋਈ ਬਹਾਨਾ ਕੀ ਬਣਾਇਆ? ਕੋਈ ਬਹਾਨਾ ਵੀ ਨਹੀਂ ਬਣਾਇਆ, ਸਿਰਫ ਸਿੱਧਾ ਜਾ ਕੇ ਜਦੋਂ ਇੱਕ ਅਖਬਾਰ ਦੇ ਵਿੱਚ ਫੋਟੋ ਲੱਗਦੀ ਹੈ ਤਾਂ ਬਕਾਇਦਾ ਮੀਡੀਆ ਨੂੰ ਦੱਸਿਆ ਜਾਂਦਾ ਹੈ ਕਾਰਨ ਕੀ ਆ। ਹਾਂ, ਸੋ ਜਿਵੇਂ ਮਤਲਬ ਆਹ ਬਿਆਨ ਕਿਸੇ ਨੇ ਜਾ ਕੇ ਕਿਸੇ ਦਾ ਹਾਲ ਚਾਲ ਪੁੱਛਣਾ ਹੋਵੇ ਤਾਂ ਪਰਸਨਲੀ ਜਾ ਕੇ ਵੀ ਮਿਲ ਸਕਦਾ, ਇੱਕ ਅਖਬਾਰਾਂ ਦੇ ਵਿੱਚ ਸੁਰਖੀਆਂ ਲਵਾਉਣ ਵਾਲੀ ਗੱਲ, ਉਹ ਕੋਈ ਹਸਪਤਾਲ 'ਚ ਦਾਖਲ ਨਹੀਂ ਹੈ ਜੀ ਜੀ ਉਹੀ ਉਹਨੂੰ ਕੋਈ ਦੌਰਾ ਨਹੀਂ ਪਿਆ ਜੀ ਉਹੀ ਗੱਲ ਹੈ ਬਿਲਕੁਲ ਆਪਣੇ। ਉਸ ਤੋਂ ਅਗਲੇ ਦਿਨ ਜੇ ਉਹ ਪੰਜਾਬ ਦੇ ਕਿਸੇ ਮੁੱਦੇ 'ਤੇ ਬਿਆਨ ਆ ਉਹ ਕੇ ਵੀ ਇਸ ਗੱਲ ਦਾ ਸਭ ਤੋਂ ਪਹਿਲਾਂ ਉਹਦਾ ਜੀ। ਸੋ ਇਸ ਕਾਰਨ ਮਤਲਬ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਨੂੰ ਭੁੱਲ ਗਿਆ, ਜਿਹੜੀ ਗੁਟਕਾ ਸਾਹਿਬ ਦੇ ਹੱਥ 'ਚ ਫੜ ਕੇ ਉਹਨੇ ਸਹੁੰ ਚੁੱਕੀ ਸੀ ਉਹਨੂੰ ਪਹਿਲੇ ਦਿਨ ਹੀ ਭੁੱਲ ਗਿਆ ਜੀ। ਪਹਿਲੇ ਦਿਨ ਜਦੋਂ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਾ ਵਾ ਤਾਂ ਅੰਗਰੇਜ਼ੀ 'ਚ ਚੁੱਕਦਾ ਵਾ, ਉਹਨੂੰ ਪੰਜਾਬੀ ਵੀ ਭੁੱਲ ਜਾਂਦੀ ਆ। ਸੋ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਕਿ ਇਹ ਜਿਹੜੀ ਖਿਚੜੀ ਆ, ਜਿਹੜੀ ਰਾਜਨੀਤੀ ਦੀ ਖਿਚੜੀ ਆ, ਇਹ ਸ਼ਾਇਦ ਕਿਸੇ ਦੇ ਹਜ਼ਮ ਨਹੀਂ ਹੁੰਦੀ, ਕਿਸੇ ਨੂੰ ਸਮਝ 'ਚ ਨਹੀਂ ਆਉਂਦੀ। ਸੋ ਇਹ ਖਿਚੜੀ ਇਸ ਵੇਲੇ ਜਿਹੜੀ ਪੱਕ ਰਹੀ ਆ, ਜਿਵੇਂ ਮੈਂ ਗੱਲ ਕੀਤੀ ਆ ਕਿ ਇਹਦਾ ਜਿਹੜਾ ਸਵਾਦ ਆ ਉਹ 2019 'ਚ ਜਦੋਂ ਕੌਮ ਨੂੰ ਚੱਖਣਾ ਪੈਣਾ ਵਾ ਉਦੋਂ ਫਿਰ ਕੈਪਟਨ ਅਮਰਿੰਦਰ ਵੀ ਯਾਦ ਆਊਗਾ, ਅਤੇ ਅੱਜ ਦਾ ਜਿਹੜਾ ਮਾਹੌਲ ਆ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇ ਉਹ ਵੀ ਯਾਦ ਆਉਣਗੇ। ਤੁਸੀਂ ਚੋਣਾਂ ਦੀ ਗੱਲ ਕੀਤੀ ਆ, ਖਾਲਿਸਤਾਨ ਦੇ ਮੁੱਦੇ 'ਤੇ ਆਪਾਂ ਚੋਣਾਂ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦਾ ਨਾਂ ਚਾਹੇ ਵੋਟਾਂ ਬਟੋਰਨ ਦੇ ਲਈ ਕੀਤਾ ਜਾਂਦਾ ਜਾਂ ਉਸ ਵਿਰੋਧੀ ਜਿਹੜੀ ਵੋਟ ਆ ਉਹਨੂੰ ਡਰਾਉਣ ਦੇ ਲਈ ਕੀਤਾ ਜਾਂਦਾ, ਹੈ ਨਾ ਜੀ? ਕੋਈ ਇਹਦੇ ਕੋਈ ਸਾਰਥਕ ਜਿਹੜਾ ਹੈਗਾ ਬਈ ਇਹਦੀ ਖਾਲਿਸਤਾਨ ਦੀ ਜਾਂ ਸਿੱਖ ਕੌਮ ਦੀ ਪ੍ਰਾਪਤੀ ਜਾਂ ਹੱਕਾਂ ਦੀ ਗੱਲ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ, ਸਿੱਖ ਕੌਮ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਨਿਗਾਰ ਆਇਆ ਤੁਸੀਂ ਕੀ ਮੰਨਦੇ ਹੋ? ਇਹ ਦੇਖੋ, ਸਭ ਤੋਂ ਵੱਡੀ ਪਹਿਲੀ ਗੱਲ ਤਾਂ ਅਸੀਂ ਇੱਕ ਇਹ ਕਰ ਲਈਏ ਕਿ ਸਿੱਖ ਕੌਮ ਆ ਜਿਹੜੀ ਉਹ ਇੱਕ ਵੱਖਰੀ ਕੌਮ ਆ ਜੀ, ਉਹਦੀ ਆਪਣੀ ਆਜ਼ਾਦ ਹੋਂਦ ਹੈ ਜੀ। ਸੰਵਿਧਾਨ ਦੇ ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ, ਨਿਸ਼ਾਨ ਦੇ ਰੂਪ ਸਾਡਾ ਕੇਸਰੀ ਨਿਸ਼ਾਨ ਆ, ਤਖ਼ਤ ਦੇ ਰੂਪ ਸਾਡਾ ਸ਼੍ਰੀ ਅਕਾਲ ਤਖ਼ਤ ਸਾਹਿਬ ਆ। ਸੋ ਮਤਲਬ ਇਸ ਦੁਨੀਆਂ 'ਤੇ ਸਿੱਖਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਲੇਠਾ ਖਾਲਸਾ ਰਾਜ ਕਾਇਮ ਕੀਤਾ, ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ। ਮਤਲਬ ਜੇ ਦਰਾ ਖੈਬਰ ਤੱਕ ਜਿਹੜਾ ਅਫਗਾਨਿਸਤਾਨ ਜਿੱਥੇ ਮਤਲਬ ਅਮੈਰੀਕਾ ਵਰਗੀ ਸ਼ਕਤੀ ਆ ਜਿਹੜੀ ਉਹਨੂੰ ਆਪਣੇ ਕਬਜ਼ੇ 'ਚ ਨਹੀਂ ਰੱਖ ਸਕੀ, ਉੱਥੇ ਵੀ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਰਿਹਾ। ਸੋ ਬਤੌਰ ਸਿੱਖ ਰਾਜ ਦੀ ਜੇ ਅਸੀਂ ਗੱਲ ਕਰੀਏ, ਇਹ ਸਿੱਖਾਂ ਦਾ ਇੱਕ ਆਪਣਾ ਅਧਿਕਾਰ ਆ ਕਿ ਉਹਨਾਂ ਦਾ ਇਸ ਦੁਨੀਆਂ 'ਤੇ ਰਾਜ ਰਿਹਾ, ਉਹ ਵੱਖਰੀ ਕੌਮ ਆ, ਅਤੇ ਦੁਨੀਆਂ ਦੇ ਜਿਹੜੇ ਪ੍ਰਵਾਨਿਤ ਧਰਮ ਨੇ ਜੀ, ਜਿਨ੍ਹਾਂ ਨੂੰ ਸਮੁੱਚੀ ਦੁਨੀਆਂ ਪ੍ਰਮਾਣਿਤ ਕਰਦੀ ਆ, ਪ੍ਰਵਾਨਗੀ ਦਿੰਦੀ ਆ ਕਿ ਇਹ ਧਰਮ ਹੈ, ਆਜ਼ਾਦ ਧਰਮ ਨੇ, ਉਹਨਾਂ 'ਚ ਸਿੱਖ ਧਰਮ ਆ ਜਿਹੜਾ ਉਹ ਸ਼ਾਮਿਲ ਆ। ਸੋ ਜੇ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਸ ਗੱਲ ਨੂੰ ਹੋਊਗਾ ਕਿਉਂ ਬਣਾ ਦਿੱਤਾ ਜਾਂਦਾ ਜੀ ਜੀ।
ਸ਼ਾਂਤਮਈ ਢੰਗ ਦੇ ਨਾਲ ਇਸ ਦੇਸ਼ ਦਾ ਕਾਨੂੰਨ ਵੀ ਕਹਿੰਦਾ ਕਿ ਸ਼ਾਂਤਮਈ ਢੰਗ ਦੇ ਨਾਲ ਹਰ ਕਿਸੇ ਨੂੰ ਅਧਿਕਾਰ ਆ ਕਿ ਉਹ ਸੁਪਰੀਮ ਕੋਰਟ ਦਾ ਆਰਡਰ ਵੀ ਆ ਆਰਡਰ ਵੀ ਆ ਵੀ ਖਾਲਿਸਤਾਨ ਦੀ ਗੱਲ ਕਰਨਾ ਜਾਂ ਖਾਲਿਸਤਾਨ ਜਮਹੂਰੀ ਤਰੀਕੇ ਦੇ ਨਾਲ ਕਹਿ ਸਕਦਾ ਜਮਹੂਰੀ ਤਰੀਕੇ ਦੇ ਨਾਲ ਇਹ ਹੱਕ ਆ। ਸੋ ਇਹਨੂੰ ਹਊਆ ਕਿਉਂ ਬਣਾਇਆ ਜਾਂਦਾ? ਦੁਨੀਆਂ ਦੇ ਵਿੱਚ ਇਕੱਲੇ ਸਿੱਖ ਨਹੀਂ, ਹੋਰ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਕੌਮਾਂ ਨੇ, ਬਹੁਤ ਸਾਰੇ ਫਿਰਕੇ ਨੇ ਜਿਹੜੇ ਆਪਣੀ ਆਜ਼ਾਦੀ ਮੰਗ ਰਹੇ ਨੇ ਔਰ ਦੇਸ਼ ਬਣੇ ਵੀ ਨੇ ਜੀ ਕੁਛ। ਜਦੋਂ ਇੱਕ ਸੰਘਰਸ਼ ਚੱਲਦਾ ਕਿਤੇ ਨਾ ਕਿਤੇ ਜਾ ਕੇ ਉਹਨੇ ਤਣ ਪੱਤਣ ਤਾਂ ਲੱਗਣਾ ਹੀ ਜੀ ਜੀ। ਸੋ ਇਹ ਜਿਹੜਾ ਮਤਲਬ ਸਿੱਖਾਂ ਦਾ, ਕਿਉਂਕਿ ਉਹਨਾਂ ਦਾ ਬੁਨਿਆਦੀ ਅਧਿਕਾਰ ਆ ਕਿ ਜਿਸ ਕੌਮ ਦਾ ਆਪਣਾ ਰਾਜ ਰਿਹਾ ਹੋਵੇ ਉਹ ਉਸ ਰਾਜ ਦੀ ਪ੍ਰਾਪਤੀ ਜਾਂ ਉਸ ਰਾਜ ਦੀ ਮੰਗ ਆ ਜਿਹੜੀ ਉਹ ਕਰਦੀ ਆ। ਇਹ ਮਤਲਬ ਦੁਨੀਆਂ ਦਾ ਸਰਦਾਰ ਇਹ ਵੀ ਗੱਲ ਇੱਥੇ ਦੇਖਣ ਨੂੰ ਮਿਲਦੀ ਆ ਵੀ ਜਿਹੜਾ ਜੇ ਮੰਗ ਕਰ ਰਹੇ ਨੇ ਸਿੱਖ ਤਾਂ ਕਿਉਂ ਕਰ ਰਹੇ ਨੇ? ਉਹਨਾਂ ਦੇ ਇੱਥੇ ਜਿਹੜੇ ਮਨੁੱਖੀ ਅਧਿਕਾਰ ਨੇ ਉਹ ਕੁਚਲੇ ਜਾਂਦੇ ਨੇ, ਉਹਨਾਂ ਦੇ ਅਧਿਕਾਰਾਂ 'ਤੇ ਡਾਕਾ ਪੈਂਦਾ, ਤਾਂ ਹੀ ਕਿਤੇ ਨਾ ਕਿਤੇ ਸਿੱਖ ਜਿਹੜਾ ਹੈਗਾ ਬੇਚੈਨ ਹੋ ਕੇ ਇਸ ਦੇਸ਼ ਦੇ ਵਿੱਚ ਬੇਚੈਨੀ ਦਾ ਜ਼ਰੂਰ ਮਹਿਸੂਸ ਕਰਦੇ ਆ ਨਾ। ਨਹੀਂ ਦੇਖੋ ਇਹ ਇਹ ਤਾਂ ਕਾਰਨ ਹੈ ਹੀ ਆ ਕਿ ਜੇ ਸਿੱਖਾਂ ਨਾਲ ਇਸ ਦੇਸ਼ ਦੇ ਵਿੱਚ ਦੋ ਨੰਬਰੀ ਸ਼ਹਿਰੀ ਵਾਲਾ ਸਲੂਕ ਕੀਤਾ ਜਾਂਦਾ ਤਾਂ ਹੀ ਉਹਨਾਂ ਨੂੰ ਇਸ ਗੱਲ ਦੀ ਲੋੜ ਮਹਿਸੂਸ ਹੁੰਦੀ ਆ। 1984 'ਚ ਸਿੱਖਾਂ ਦਾ ਕਤਲੇਆਮ ਹੋਇਆ, 37 ਸਾਲ ਲੰਘ ਗਏ, ਕੋਈ ਇਨਸਾਫ਼ ਨਹੀਂ ਮਿਲਿਆ। 30-30 35-35 ਸਾਲਾਂ ਤੋਂ ਸਿੱਖ ਨੌਜਵਾਨ ਨੇ ਜਿਹੜੇ ਉਹ ਬੁੱਢੇ ਹੋ ਗਏ ਨੇ ਜੇਲ੍ਹਾਂ 'ਚ ਬੈਠੇ, ਜੀ ਸਜ਼ਾ ਤੋਂ ਵੀ 3-3 ਗੁਣਾ ਸਮਾਂ ਜਿਹੜਾ ਉਹ ਜੇਲ੍ਹਾਂ 'ਚ ਬਤੀਤ ਕਰ ਸਕਦੇ, ਉਹਨਾਂ ਨੂੰ ਯਾਦ ਕਰਨ ਦੀ ਗੱਲ ਨਹੀਂ ਹੁੰਦੀ। 22-25 ਜਿਹੜੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਦੀ ਆ ਉਹਦੇ ਬਾਰੇ ਵਾਰ ਵਾਰ ਮੰਗ ਕੀਤੀ ਜਾਂਦੀ ਆ, ਉਹਨੂੰ ਰੱਦ ਕਰਨ ਲਈ ਕੋਈ ਤਿਆਰ ਨਹੀਂ ਹੁੰਦਾ। ਸੋ ਉਹ ਇਹ ਜਿਹੜੀ ਗੱਲ ਆ ਕਿ ਇਸ ਦੇਸ਼ ਦੀ ਫੌਜ ਨੇ ਇੱਕ ਦੁਸ਼ਮਣ ਦੇਸ਼ਾਂ ਦੀ ਫੌਜ, ਦੁਸ਼ਮਣ ਦੇਸ਼ ਵਾਂਗੂ ਸਿੱਖਾਂ ਦੇ ਜਿਹੜਾ ਮਤਲਬ ਧਰਤੀ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਉੱਥੇ ਜਿਨ੍ਹਾਂ ਨੇ ਕੌਮ ਜਿਨ੍ਹਾਂ ਨੇ ਫੌਜ ਦਾ ਮੁਕਾਬਲਾ ਕੀਤਾ ਉਹ ਸ਼ਹੀਦ ਹੋਏ, ਹੱਸ ਹੱਸ ਕੇ ਸ਼ਹੀਦ ਹੋਏ। ਕਿਸੇ ਨੂੰ ਕੋਈ ਦੋਸ਼, ਕਿਸੇ ਨੂੰ ਕੋਈ ਉਸ ਗੱਲ ਦਾ ਗੁੱਸਾ ਨਹੀਂ, ਕਿਸੇ ਨੂੰ ਰੋਸ ਨਹੀਂ, ਸਾਨੂੰ ਉਹਨਾਂ ਸ਼ਹੀਦਾਂ 'ਤੇ ਮਾਣ। ਪਰੰਤੂ ਜਿਹੜੀ ਉੱਥੇ ਬੇਦੋਸ਼ੀ ਸੰਗਤ ਸੀ, ਚਾਹੇ ਉਹ ਬੱਚਿਆਂ ਦੇ ਰੂਪ ਸੀ, ਚਾਹੇ ਉਹ ਬਜ਼ੁਰਗਾਂ ਦੇ ਰੂਪ ਸੀ, ਚਾਹੇ ਉਹ ਔਰਤਾਂ ਦੇ ਰੂਪ ਸੀ, ਜਿਹੜਾ ਉਹਨਾਂ ਦਾ ਘਾਣ ਕੀਤਾ ਗਿਆ, ਅੱਜ ਤੱਕ ਕਿਸੇ ਨੇ ਉਸ ਗੱਲ ਦਾ ਹਿਸਾਬ ਦੇਣ ਦੀ, ਕਿਸੇ ਨੇ ਉਸ ਗੱਲ ਦਾ ਹਿਸਾਬ ਲੈਣ ਦੀ, ਕਿਸੇ ਨੇ ਉਸ ਗੱਲ ਦੀ ਜਾਂਚ ਬਿਠਾਉਣ ਦੀ ਵੀ ਅੱਜ ਤੱਕ ਗੱਲ ਨਹੀਂ ਕੀਤੀ। ਕਿਉਂਕਿ ਮਤਲਬ ਇਹ 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 ਗੱਲਾਂ ਨੇ ਜਿਹੜੀਆਂ ਜੋ ਸਿੱਖਾਂ ਦੇ ਨਾਲ ਪੈਰ ਪੈਰ 'ਤੇ ਧੱਕਾ ਹੁੰਦਾ ਜੀ, ਉਹ ਉਹ ਉਸ ਕਾਰਨ ਸਿੱਖਾਂ ਦੇ ਮਨ 'ਚ ਜਿਹੜਾ ਜਿਹੜਾ ਆਪਣੇ ਰਾਜ ਦਾ ਜਿਹੜਾ ਜਜ਼ਬਾ ਹੈ ਉਹਨੂੰ, ਮੈਨੂੰ ਲੱਗਦਾ ਕਿ ਚਾਹੇ ਜਿੰਨਾ ਮਰਜ਼ੀ ਜ਼ੋਰ ਜ਼ਬਰ ਜ਼ੁਲਮ ਹੁੰਦਾ ਰਹੇ ਉਹਨੂੰ ਮਨ 'ਚੋਂ ਨਹੀਂ ਘੱਟੋ ਘੱਟ ਖਤਮ ਕੀਤਾ ਜਾ ਸਕਦਾ। ਸੋ ਅਗਲੀ ਗੱਲ ਇਹ ਆ ਕਿ ਜੇ ਕੈਨੇਡਾ ਦੀ ਧਰਤੀ 'ਤੇ ਜਾਂ ਅਮੈਰੀਕਾ ਦੀ ਧਰਤੀ 'ਤੇ ਜਾਂ ਇੰਗਲੈਂਡ ਦੀ ਧਰਤੀ 'ਤੇ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਨੇ ਅਤੇ ਜੇ ਉੱਥੋਂ ਦੀਆਂ ਸਰਕਾਰਾਂ ਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੁੰਦਾ ਕਿ ਸਿੱਖ ਜਿਹੜੇ ਉਹ ਸ਼ਾਂਤਮਈ ਢੰਗ ਨਾਲ ਆਪਣੀ ਜਿਹੜੀ ਗੱਲ ਆ ਉਹ ਕਰਦੇ ਨੇ ਜੀ, ਅਤੇ ਫਿਰ ਇਹ ਇਸ ਦੇਸ਼ ਦੇ ਲੋਕਾਂ ਦੇ ਢਿੱਡ 'ਚ ਪੀੜ ਕਿਉਂ ਹੁੰਦੀ ਆ ਜੀ? ਸੋ ਉਹ ਇਹ ਮੁੱਦਾ ਜਿਹੜਾ ਜਿਹੜਾ ਵਿਦੇਸ਼ਾਂ ਦੀਆਂ ਸਰਕਾਰਾਂ ਨਾਲ ਜੁੜਿਆ ਹੋਇਆ ਉਹ ਤਾਂ ਉਹਨਾਂ ਨੇ ਦੇਖਣਾ ਵਾ। ਜੇ ਉੱਥੇ ਸਿੱਖ ਕੋਈ ਇਸ ਤਰ੍ਹਾਂ ਦਾ ਮਤਲਬ ਉੱਥੋਂ ਦੀ ਸ਼ਾਂਤੀ ਭੰਗ ਕਰਦੇ ਨੇ, ਉੱਥੇ ਕੋਈ ਭੰਨ ਤੋੜ ਕਰਦੇ ਨੇ ਜਾਂ ਕੁਛ ਹੋਰ ਕਰਦੇ ਨੇ ਉਹ ਸਰਕਾਰਾਂ ਬਰਦਾਸ਼ਤ ਨਹੀਂ ਕਰਨਗੀਆਂ ਜੀ। ਪਰੰਤੂ ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਆਪਣੇ ਜਜ਼ਬੇ, ਆਪਣੇ ਜਿਹੜੀ ਗੱਲ ਕਰਨ ਦੀ ਆਜ਼ਾਦੀ ਆ ਕਿ ਜੋ ਤੁਹਾਡੇ ਮਨ ਦੇ ਵਿੱਚ ਆ ਤੁਸੀਂ ਉਹਦਾ ਪ੍ਰਗਟਾਵਾ ਕਰ ਸਕਦੇ ਹੋ, ਪਰੰਤੂ ਉਹਦੇ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਸੋ ਉਸ ਗੱਲ ਦੀ ਬਜਾਏ ਕਿ ਉਹਨਾਂ ਸਰਕਾਰਾਂ ਦਾ ਜਿਹੜਾ ਚੰਗਾ ਪੱਖ ਆ ਅਸੀਂ ਉਸ ਦੀ ਨਕਲ ਕਰੀਏ, ਅਸੀਂ ਉਸ ਪੱਖ ਨੂੰ ਸਮੁੱਚੇ ਰੂਪ ਦੇ ਵਿੱਚ ਨਾ ਪੱਖੀ ਲਿਜਾ ਕੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਗੱਲ ਕੀਤੀ ਹੈ ਕਿ ਇੱਕ ਸਿੱਖਾਂ ਦੇ ਵਿੱਚ ਵੰਡੀ ਪਾਉਣ ਦੀ ਅਤੇ ਸਿੱਖਾਂ ਨੂੰ ਦੂਸਰੇ ਦੇਸ਼ਾਂ ਵਿੱਚ ਵੀ ਅਤੇ ਇਸ ਦੇਸ਼ ਵਿੱਚ ਵੀ ਇੱਕ ਬਦਨਾਮ ਕਰਨ ਦੀ, ਇੱਕ ਜਿਹੜੀ ਇਹ ਇੱਕ ਬੜੀ ਡੂੰਘੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਬੜੀ ਡੂੰਘੀ ਸਾਜਿਸ਼ ਆ ਜਿਹੜੀ ਉਹ ਘੜੀ ਗਈ ਆ, ਇਹਦੇ ਪਿੱਛੇ ਕੀ ਆ ਉਹ ਪਰਤਾਂ ਨੇ ਜਿਹੜੀਆਂ ਉਹ ਹੌਲੀ ਹੌਲੀ ਖੁੱਲ੍ਹ। ਇਲਜ਼ਾਮ ਤਾਂ ਲਗਾਤਾਰ ਉਹਨਾਂ ਨੇ, ਸਬੂਤ ਪੇਸ਼ ਕਰਨੇ ਨਹੀਂ ਚਾਹੀਦੇ ਉਹਨਾਂ ਨੂੰ?
ਜਦੋਂ ਕਿਸੇ ਤੇ ਤੁਸੀਂ ਬਲੇਮ ਕਰਦੇ ਹੋ ਤੇ ਜੇ ਤੁਹਾਡੇ ਕੋਲ ਕੁਝ ਹੈ ਵੀ ਉਹਨਾਂ ਨੂੰ ਖਾਲਸਾ ਸਬੂਤ ਤੇ ਚਲੋ ਉਹਨਾਂ ਤੇ ਗੱਲ ਛੱਡੋ, ਸਬੂਤ ਤਾਂ ਘੱਟੋ ਘੱਟ ਇਹੀ ਦੇ ਦੇਵੇ ਕਿ ਜਦੋਂ ਇਹ 2005 'ਚ ਡੈਕਸੀ ਦੇ ਗੁਰਦੁਆਰਾ ਸਾਹਿਬ ਗਿਆ ਵਾ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਇੱਥੇ ਖਾੜਕੂ ਧਿਰਾਂ ਨੇ ਜਿਹੜੀਆਂ ਉਹ ਕਾਬਜ਼ ਨੇ ਜੀ, ਘੱਟੋ ਘੱਟ ਉਹਦੇ ਬਾਰੇ ਵੀ ਉਹਦੇ ਬਾਰੇ ਸਪਸ਼ਟੀਕਰਨ ਦੇ ਦੇਵੇ ਜੀ, ਉਹਦੇ ਬਾਰੇ ਕੋਈ ਸਪਸ਼ਟੀਕਰਨ। ਬਾਦਲਾਂ ਨੇ ਐਡੇ ਵੱਡੇ ਵੱਡੇ ਦੋਸ਼ ਲਾਏ ਸੀ ਤੇ ਉਹਦੇ ਬਾਰੇ ਸਪਸ਼ਟੀਕਰਨ ਦੇ ਦਿੰਦਾ, ਔਰ ਬਾਦਲ ਵੀ ਖਾਲਿਸਤਾਨ ਦੇ ਮੁੱਦੇ ਤੇ ਇਹੀ ਗੱਲਾਂ ਕਰਦੇ ਰਹੇ ਆ ਪਹਿਲਾਂ। ਉਹਦੇ ਤਾਂ ਆਪਾਂ ਗੱਲ ਕਰਦੇ ਕਿ ਜਿਹੜੇ ਮੋਹਰੇ ਨੇ ਜੀ ਭਗਵਾਂ ਬ੍ਰਿਗੇਡ ਦੇ, ਚਾਹੇ ਉਹ ਕੈਪਟਨ ਦੇ ਰੂਪ ਚ ਲੈ ਲਓ ਤੇ ਚਾਹੇ ਉਹ ਬਾਦਲ ਦੇ ਰੂਪ ਚ ਲਾ ਲਓ, ਉਹ ਇੱਕ ਮਿੱਕ ਨੇ, ਕੋਈ ਉਹਨਾਂ ਚ ਕੋਈ ਫਰਕ ਨਹੀਂ। ਰਿਮੋਟ ਕੰਟਰੋਲ ਦਿੱਲੀ ਆ ਉਹਨਾਂ ਦਾ, ਰਿਮੋਟ ਕੰਟਰੋਲ ਜਾਂ ਦਿੱਲੀ ਆ ਤੇ ਜਾਂ ਨਾਗਪੁਰ ਆ। ਨਾਗਪੁਰ ਜੀ। ਸੋ ਦਰਸ਼ਕੋ, ਇਹ ਸੀ ਸਾਡਾ ਪ੍ਰੋਗਰਾਮ ਖਬਰ ਦੀ ਖਬਰ। ਕੱਲ ਨਵੀਂ ਖਬਰ ਤੇ ਕੋਈ ਨਵੇਂ ਮੁੱਦੇ ਤੇ ਗੱਲਬਾਤ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ, ਤੇ ਜਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।